आप ले हो तुम कथा सुधारी। सतनाम श्री वाहि गुरु साहिब जियो। सुनो बात अब सिंगन की करी साए जिम कूट। कूटत मारत सो थक्यो खालसो भयो अखूट। वाहिगुरु जी का खालसा वाहिगुरु जी की फतेह। गुरु रूप गुरु खालसा साध संगत माई भाई आप जी वडभागे हो जो गुरु दरबार विच हाजरियां भर के शाम दे दीवाना च खालसे पंथ दा महान कुरबानियां वाला इतिहास सरवण कर रहे हो। ज्यों ज्यों खालसे दे उत्ते जुलम हुंदे रहे खालसा उन्हां जुलमां नूं सह के होर बहादुर होर निखरदा रहा। छोटा घल्लू घारा तां आप जी ने पिछले महीने सरवण कर लिया सी जदों इह कथा शुरू होई सी। हुण वड्डे घल्लू घारे की कथा सुनो। कल आपां सुणिया सी कि अबदाली ने अपनी ताकत दे नाल मरट्टे भी ਅਤੇ ਜਾਟ ਵੀ ਭਜਾ ਦਿੱਤੇ। ਅਲੀਗੜ੍ਹ ਯੂਨੀਵਰਸਿਟੀ ਜਿੱਥੇ ਬਣੀ ਹੈ ਉੱਥੇ ਕੋਇਲ ਨਾਮ ਦਾ ਇੱਕ ਪਹਿਲਾ ਨਗਰ ਹੁੰਦਾ ਸੀ। ਕੋਇਲ ਨੂੰ ਹੀ ਅਲੀਗੜ੍ਹ ਮੁਸਲਮਾਨ ਕਹਿੰਦੇ, ਹਿੰਦੂ ਰਾਮਗੜ੍ਹ ਕਹਿੰਦੇ ਹੈ। ਉੱਥੇ ਕਿਲ੍ਹਾ ਸੀ ਜਿਸ ਦੇ ਅੰਦਰ ਜਾਟ ਆਕੀ ਹੋ ਕੇ ਬਹਿ ਗਏ। ਉਹਨਾਂ ਹਿੰਦੂ ਜਾਟਾਂ ਨੇ ਅਬਦਾਲੀ ਦਾ ਮੁਕਾਬਲਾ ਕੀਤਾ, ਜਿਹੜਾ ਕਿ 12 ਸਾਲ 'ਚ ਕਿਲ੍ਹਾ ਫਤਿਹ ਨਹੀਂ ਸੀ ਹੋ ਸਕਦਾ। ਅਬਦਾਲੀ ਨੇ ਉਹ ਵੀ 2 ਹਫ਼ਤਿਆਂ ਵਿੱਚ ਕਿਲ੍ਹਾ ਫਤਿਹ ਕਰ ਲਿਆ। ਅਬਦਾਲੀ ਦਾ ਹੌਸਲਾ ਬਹੁਤ ਵੱਧ ਗਿਆ, ਉਹਨੇ ਮਰਹੱਟੇ ਵੀ ਭਜਾ ਦਿੱਤੇ ਔਰ ਦਿੱਲੀ ਦੇ ਉੱਤੇ ਉਹਨੇ ਨਜੀਬ ਖਾਨ ਰੁਹੇਲੇ ਦਾ ਅਧਿਕਾਰ ਜਮਾ ਦਿੱਤਾ, ਜੋ ਪਠਾਨ ਸੀ ਰੁਹੇਲਾ ਨਜੀਬ ਖਾਨ। ਔਰ ਉਹਨੇ ਸਰਹੰਦ ਦੇ ਵਿੱਚ ਜੈਨ ਖਾਨ ਨੂੰ ਬਿਠਾ ਦਿੱਤਾ ਅਤੇ ਲਾਹੌਰ ਵਿੱਚ ਵੀ ਉਹਨੇ ਆਪਣਾ ਕਬਜ਼ਾ ਕਰ ਲਿਆ। ਹਿੰਦੁਸਤਾਨ ਦੇ ਉੱਤੇ ਅਬਦਾਲੀ ਦਾ ਕਬਜ਼ਾ ਪੂਰੀ ਤਰ੍ਹਾਂ ਜਦੋਂ ਹੋ ਗਿਆ ਅਤੇ ਅਬਦਾਲੀ ਨੇ ਸੋਚਿਆ ਵੀ ਹੁਣ ਸਿੱਖਾਂ ਨੂੰ ਵੀ ਖਤਮ ਕਰਦੇ ਹਾਂ, ਸਿੱਖਾਂ ਦਾ ਤਾਂ ਬਿਲਕੁਲ ਹੀ ਨਾਮੋ ਨਿਸ਼ਾਨ ਮਿਟਾ ਦੇਈਏ। ਉਹ ਟਾਈਮ ਐਸਾ ਸੀ ਜਦੋਂ ਮੁਗਲ ਵੀ ਪਠਾਣਾ ਦੇ ਨਾਲ ਰਲ ਗਏ। ਸਮਝ ਲਓ, ਪਠਾਣਾ ਨੂੰ ਅਤੇ ਮੁਗਲਾਂ ਨੂੰ ਇਹ ਨਜ਼ਰ ਆਇਆ ਕਿ ਆਪਾਂ ਹਿੰਦੂ ਰਾਮ ਮਰਾਠਿਆਂ ਨੂੰ ਭਜਾ ਦੇਈਏ, ਬਾਅਦ ਵਿੱਚ ਆਪਸ 'ਚ ਫੈਸਲਾ ਕਰ ਲਵਾਂਗੇ। ਹਿੰਦੂ ਮਰਾਠੇ ਬਹੁਤ ਵੱਡੀ ਤਾਕਤ ਹਿੰਦੁਸਤਾਨ ਦੀ ਬਣ ਚੁੱਕੇ ਸਨ। ਮੁਗਲਾਂ ਨੇ ਵੀ, ਜਿਹੜੇ ਮੁਗਲ ਉਹਨਾਂ ਨੂੰ ਵਰਤਦੇ ਰਹੇ, ਉਹਨਾਂ ਨੂੰ ਨਾਲ ਬੁਲਾਉਂਦੇ ਰਹੇ, ਉਹਨਾਂ ਨੇ ਵੀ ਉਹਨਾਂ ਮਰਾਠਿਆਂ ਦਾ ਸਾਥ ਨਹੀਂ ਦਿੱਤਾ। ਮਰਾਠੇ ਹਾਰ ਗਏ। ਜਾਟ ਜਵਾਹਰਮੱਲ ਜਿਹੜਾ ਕਿ ਭਰਤਪੁਰ ਦਾ ਜੱਟ ਸੀ, ਬੜੀ ਭਾਰੀ ਫੌਜਾਂ ਦਾ ਮਾਲਕ, ਉਹ ਵੀ ਇੱਕ ਤਰ੍ਹਾਂ ਨਾਲ ਹਾਰ ਗਿਆ। ਸਾਰੇ ਪਾਸੇ ਅਬਦਾਲੀ ਦਾ ਦਬਦਬਾ ਬੈਠ ਗਿਆ। 1761 ਦੇ ਵਿੱਚ ਇਹ ਜੱਟਾਂ ਵਾਲੀ ਲੜਾਈ ਅਲੀਗੜ੍ਹ ਦੇ ਵਿੱਚ ਹੋਈ ਅਤੇ 62 ਚੜ੍ਹਦਿਆਂ ਸਾਰ ਫਰਵਰੀ ਦੇ ਮਹੀਨੇ ਇਹ ਸਿੱਖਾਂ ਦਾ ਘੱਲੂ ਘਾਰਾ ਹੋਇਆ। 5 ਫਰਵਰੀ 1762
ਅਬਦਾਲੀ ਮਰੱਠਿਆਂ ਵੱਲੋਂ ਜੱਟਾਂ ਵੱਲੋਂ ਵਿਹਲਾ ਹੋ ਕੇ ਹੁਣ ਸਿੱਖਾਂ 'ਤੇ ਕਿਵੇਂ ਪਏਗਾ, ਉਹ ਕਥਾ ਅੱਜ ਆਪਾਂ ਸੁਣਨੀ ਹੈ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁੰਡਲੀਆ ਸੁਣੋ ਬਾਤ ਅਬ ਸਿੰਘਣ ਕੀ, ਕਰੀ ਛਾਏ ਜਿਮ ਕੋਟ। ਹੁਣ ਖਾਲਸੇ ਦੀ ਗੱਲ ਸੁਣੋ, ਸਿੰਘਾਂ ਦੀ ਗੱਲ ਸੁਣੋ। ਜੋ ਅਬਦਾਲੀ ਸਿੱਖਾਂ ਦੇ ਮਗਰ ਪਿਆ ਹੈ ਔਰ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਵੱਡੇ ਘੱਲੂਘਾਰ ਵਿੱਚ ਉਸਨੇ ਕੀਤਾ ਹੈ। ਕੂਟਤ ਮਾਰਤ ਸੋ ਥਕਿਓ, ਖਾਲਸੇ ਪਇਓ ਅਖੂਟ। ਅਬਦਾਲੀ ਸਿੱਖਾਂ ਨੂੰ ਮਾਰਦਾ, ਵੱਢਦਾ, ਟੁੱਕਦਾ, ਕੁੱਟਦਾ ਰਿਹਾ, ਪਰ ਖਾਲਸਾ ਦਿਨੋਂ ਦਿਨ ਵੱਧਦਾ ਗਿਆ। ਇਹ ਗੁਰੂ ਸਾਹਿਬ ਦੀ ਕਲਾ ਸੀ ਜਿਹਦੇ ਬਾਰੇ ਭਾਈ ਰਤਨ ਸਿੰਘ ਜੀ ਕੁੰਡਲੀਆ ਛੰਦ ਲਿਖ ਰਹੇ ਨੇ। ਖਾਲਸਾ ਪਇਓ ਖੂਟ, ਨਦੀ ਜਿਮ ਸੁੰਮੇ ਵਾਣੀ। ਆਹਾ, ਖਾਲਸਾ ਇਉਂ ਅਖੁੱਟ ਹੋ ਗਿਆ ਜਿਵੇਂ ਸੁੰਮੇ ਵਾਲੀ ਨਦੀ ਹੁੰਦੀ ਹੈ। ਸੁੰਮੇ ਵਾਲੀ ਨਦੀ ਦਾ ਮਤਲਬ ਹੈ ਵੀ ਇਸ ਪਹਾੜਾਂ 'ਚੋਂ ਸੋਮਾ ਨਿਕਲਦਾ ਹੋਵੇ, ਦਿਨ ਰਾਤ ਚੱਲਦਾ ਹੋਵੇ, ਉਸ ਨਦੀ 'ਚ ਪਾਣੀ ਮੁੱਕ ਨਹੀਂ ਸਕਦਾ। ਜਿੱਥੇ ਬਰਸਾਤੀ ਨਦੀਆਂ ਹੁੰਦੀਆਂ ਉਹਦਾ ਪਾਣੀ ਘੱਟ ਜਾਂਦਾ ਹੈ, ਉਹ ਮੁੱਕ ਜਾਂਦਾ, ਸੁੱਕ ਜਾਂਦੀਆਂ, ਬਰਸਾਤੀ ਨਾਲੇ ਸੁੱਕ ਜਾਂਦੇ ਆ, ਪਰ ਸੋਮੇ ਵਾਲੀ ਨਦੀ ਨਹੀਂ ਸੁੱਕਦੀ। ਉਹਦਾ ਪਿੱਛੋਂ ਸੋਮਾ ਚੱਲੀ ਜਾਂਦਾ, ਚੱਲੀ ਜਾਂਦਾ, ਚੱਲੀ ਜਾਂਦਾ। ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਰਹਿਤਨਾਮੇ ਵਿੱਚ, ਜਿਨ ਕੀ ਸਿਰਜਣ ਹਮ ਕਰੀ ਨਿਜ ਹਾਥਨ ਕੇ ਸਾਥ, ਉਨ ਕੀ ਸਮ ਸਿਰ ਜੋ ਕਰੇ ਗਲ ਜਾਏ ਕੁੱਲ ਸਾਥ। ਜਿਨ੍ਹਾਂ ਨੂੰ ਅਸੀਂ ਆਪਣੇ ਹੱਥੀਂ ਸਾਜਿਆ ਹੋਵੇ, ਉਹਦੀ ਜੋ ਬਰਾਬਰੀ ਕਰੇਗਾ ਉਹਦੀਆਂ ਸੱਤੇ ਕੋਲਾਂ ਗਲ ਜਾਣਗੀਆਂ। ਖਾਲਸਾ ਖਤਮ ਨਹੀਂ ਹੋਵੇਗਾ, ਖਾਲਸੇ ਦੇ ਵੈਰੀ ਖਤਮ ਹੋ ਜਾਣਗੇ। ਇਹ ਸੁੰਮੇ ਵਾਣੀ ਨਦੀ ਦੀ ਤਰ੍ਹਾਂ ਖਾਲਸਾ ਵੱਧਦਾ ਹੀ ਗਿਆ, ਵੱਧਦਾ ਹੀ ਗਿਆ। ਹਾਂਜੀ, ਅਗਲੇ ਆਗੇ ਤੁਰੇ ਔਰ ਚਬ ਆਵੇਂ ਪਾਣੀ। ਜਿਵੇਂ ਅਗਲਾ ਪਾਣੀ ਤੁਰ ਜਾਂਦਾ ਤੇ ਪਿੱਛੋਂ ਹੋਰ ਆਈ ਜਾਂਦਾ ਤੇ ਤੁਰੀ ਜਾਂਦਾ। ਏਦਾਂ ਖਾਲਸੇ ਵਿੱਚ ਜਿੰਨੀਆਂ ਸ਼ਹੀਦੀਆਂ ਹੋਈ ਜਾਂਦੀਆਂ, ਉਹਨੇ ਨਵੇਂ ਸਿੰਘ ਭਰਤੀ ਹੋਈ ਜਾਂਦੇ। ਖੰਡੇ ਬਾਟੇ ਦਾ ਅੰਮ੍ਰਿਤ ਚੱਲੀ ਜਾਂਦਾ, ਛਕਾਈ ਜਾਂਦੇ ਸਿੰਘ, ਤੇ ਫੌਜਾਂ ਤਿਆਰ ਹੁੰਦੀਆਂ ਰਹਿੰਦੀਆਂ। ਸਤਿਗੁਰ ਦਾਇਆ ਖਾਲਸਾ ਸਭ ਆਗੂ ਚਾਰੇ। ਇਹ ਸਭ ਗੁਰੂ ਦੀ ਦਇਆ ਹੈ, ਇਹ ਗੁਰੂ ਦੀ ਕਲਾ ਹੈ। ਅਬਦਾਲੀ ਨੂੰ ਇਹ ਨਜ਼ਰ ਆਇਆ ਸੀ ਕਿ ਸਿੱਖਾਂ ਦੇ ਵਿੱਚ ਕੋਈ ਗੈਬੀ ਸ਼ਕਤੀ ਕੰਮ ਕਰ ਰਹੀ ਹੈ, ਨਹੀਂ ਤਾਂ ਇਹ ਖਤਮ ਹੋ ਜਾਣੇ ਚਾਹੀਦੇ ਸਨ। ਅਬਦਾਲੀ ਇਸੇ ਇਰਾਦੇ ਨਾਲ ਆਇਆ ਸੀ ਖਤਮ ਕਰਨ ਵਾਸਤੇ। ਇਸ ਘੱਲੂਘਾਰੇ ਤੋਂ ਬਾਅਦ 6 ਮਹੀਨੇ ਬਾਅਦ ਜਦੋਂ ਸਿੰਘਾਂ ਨੇ ਉਹਨੂੰ ਅੰਮ੍ਰਿਤਸਰ 'ਚ ਬੜੀ ਭਾਰੀ ਭਾਜੜ ਪਾਈ, ਪਿੱਪਲੀ ਸਾਹਿਬ ਦੇ ਮੈਦਾਨ ਵਿੱਚ ਜੰਗ ਹੋਇਆ, ਤਾਂ ਉਸ ਵੇਲੇ ਸਾਧ ਸੰਗਤ ਜੀ ਅਬਦਾਲੀ ਨੂੰ ਅਹਿਸਾਸ ਹੋਇਆ ਕਿ ਸਿੱਖ ਖਤਮ ਹੋਣ ਵਾਲੇ ਨਹੀਂ ਹਨ। ਸੋ ਇਹ ਕਥਾ ਹੁਣ ਸ਼ੁਰੂ ਹੋ ਰਹੀ ਹੈ ਵੱਡੇ ਘੱਲੂਘਾਰੇ ਦੀ। ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਦੁਸ਼ਮਣਾਂ ਦੇ ਇਰਾਦੇ ਸਫਲ ਨਹੀਂ ਹੋ ਸਕੇ, ਇਹ ਗੁਰੂ ਕਲਗੀਆਂ ਵਾਲੇ ਦੀ ਦਇਆ ਸੀ ਕਿ ਅੱਜ ਵੀ ਪੰਥ ਜਿਉਂਦਾ ਹੈ ਅਤੇ ਰਹਿੰਦੀ ਦੁਨੀਆ ਦਾ ਖਾਲਸਾ ਰਹੇਗਾ। ਜੋ ਦੁਸ਼ਮਣ ਤੇ ਖਾਲਸਾ ਸੋ ਥੋਹਰ ਜਿਉਂ ਗਾਰੇ। ਜਿਵੇਂ ਥੋਹਰ ਜਿੰਨੀ ਵੱਢੀਏ ਓਨੀ ਜ਼ਿਆਦਾ ਉੱਗ ਪੈਂਦੀ ਹੈ, ਇਵੇਂ ਖਾਲਸਾ ਦਿਨੋਂ ਦਿਨ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ। ਦੋਹਰਾ ਟੱਬਰ ਬਹਾਲੇ ਮਾਲਵੇਂ, ਚੱਲ ਲੂਟਤ ਪੋਸੋ ਖਾਏ। ਜਿਵੇਂ ਕਿ ਆਪਾਂ ਬਾਬਾ ਮਿਤ ਸਿੰਘ ਜੀ ਦੀ ਸ਼ਹੀਦੀ ਦਾ ਸੁਣਿਆ ਪ੍ਰਸੰਗ ਪਿੱਛੇ, ਉਹਨਾਂ ਦਿਨਾਂ ਵਿੱਚ ਖਾਲਸਾ ਆਪਣੇ ਟੱਬਰਾਂ ਨੂੰ ਮਾਲਵੇ 'ਚ ਛੱਡ ਕੇ
ਆਪਣੀਆਂ ਪਤਨੀਆਂ ਬੀਬੀਆਂ ਮਾਈਆਂ ਬੱਚੇ ਬੁੱਢੇ ਮਾਲ ਵਿੱਚ ਛੱਡੇ ਹੋਏ ਸਨ ਅਤੇ ਆਪ ਸਰਕਾਰ ਦੇ ਖਜ਼ਾਨੇ ਲੁੱਟ ਕੇ ਗੁਜ਼ਾਰਾ ਕਰ ਰਿਹਾ ਸੀ। ਆਗੇ ਪਾਛੇ ਰਾਤ ਦਿਨ ਦੌੜ ਸੋ ਸਾਏ ਅਕਾਹੇ, ਅੱਗੇ ਪਿੱਛੇ ਰਾਤ ਦਿਨ ਹੱਲੇ ਬੋਲ ਕੇ ਅਬਦਾਲੀ ਨੂੰ ਤੰਗ ਕਰਦੇ ਸਨ। ਅਬਦਾਲੀ ਅੱਕ ਗਿਆ ਸੀ ਸਿੱਖਾਂ ਤੋਂ, ਪਰੇਸ਼ਾਨ ਹੋ ਗਿਆ ਸੀ। ਅਬਦਾਲੀ ਚਾਹੁੰਦਾ ਸੀ ਪੰਜਾਬ ਨੂੰ ਹਿੰਦੁਸਤਾਨ ਦਾ ਸੂਬਾ ਨਹੀਂ ਰਹਿਣ ਦੇਣਾ। ਪਹਿਲੀ ਗੱਲ ਤਾਂ ਦਿੱਲੀ ਦੇ ਵਿੱਚ ਵੀ ਪਠਾਣਾ ਦਾ ਰਾਜ ਹੋਵੇ, ਜੇ ਨਾ ਵੀ ਹੋਵੇ ਤਾਂ ਪੰਜਾਬ ਲਾਹੌਰ ਤਾਂ ਕਾਬਲ ਦੇ ਨਾਲ ਜੋੜ ਦੇਣਾ। ਅਤੇ ਉਹ ਲੁੱਟ ਲੁੱਟ ਕੇ, ਅਸਲ ਵਿੱਚ ਅਬਦਾਲੀ ਲੁਟੇਰਾ ਸੀਗਾ, ਉਹ ਪੰਜਾਬ ਦਾ ਕਦੀ ਵੀ ਵਸਨੀਕ ਨਹੀਂ ਸੀ, ਨਾ ਇੱਥੋਂ ਦਾ ਵਸਿੰਦਾ ਬਣਿਆ, ਨਾ ਉਹਨੇ ਪੰਜਾਬ ਨੂੰ ਕਦੀ ਆਪਣਾ ਸਮਝਿਆ। ਉਹ ਲੁੱਟਣ ਵਾਸਤੇ ਆਉਂਦਾ ਸੀ ਅਤੇ ਦਿੱਲੀ ਤੱਕ ਲੁੱਟਮਾਰ ਕਰਦਾ, ਮਥੁਰਾ ਤੱਕ, ਆਗਰੇ ਤੱਕ। ਹੁਣ ਅਬਦਾਲੀ ਨੂੰ ਸਿੱਖ ਜਾਂਦੇ ਨੂੰ ਲੁੱਟ ਲੈਂਦੇ, ਰਸਤੇ ਜਦੋਂ ਵਾਪਸ ਜਾਂਦਾ ਸਿੱਖ ਲੁੱਟ ਲੈਂਦੇ, ਤੰਗ ਕਰਦੇ ਅਬਦਾਲੀ ਨੂੰ। ਕਿਲਾ ਉਤੋਂ ਜੋ ਥੋ ਕੀਓ ਤੇ ਮਦ ਉਤਰਿਓ ਸ਼ਾਹੇ, ਅਬਦਾਲੀ ਅੰਮ੍ਰਿਤਸਰ ਆ ਗਿਆ। ਕੋਇਲ ਦਾ ਅਲੀਗੜ੍ਹ ਦਾ ਇਲਾਕਾ ਉਹਦੇ ਕੋਲ ਸਾਰਾ ਉਹਨੇ ਖਤਮ ਕਰ ਲਿਆ। ਦਿੱਲੀ ਦੇ ਵਿੱਚ ਉਹਨੇ ਰੋਹੇਲੇ ਨਜੀਬ ਖਾਨ ਨੂੰ ਬਿਠਾ ਦਿੱਤਾ। ਆਪ ਅੰਮ੍ਰਿਤਸਰ ਜਿਹੜੀ ਰਾਮ ਰੌਣੀ ਹੈ, ਜਿਹੜੀ ਸਿੱਖਾਂ ਨੇ ਆਪ ਮਿਹਨਤ ਕਰਕੇ ਆਪਣੇ ਹੱਥਾਂ ਨਾਲ ਕਿਲ੍ਹਾ ਬਣਾਇਆ ਸੀ ਰਾਮ ਰੌਣੀ ਦਾ, ਉਸ ਕਿਲ੍ਹੇ ਦੇ ਵਿੱਚ ਅਬਦਾਲੀ ਆਪ ਆ ਕੇ ਬੈਠ ਗਿਆ। ਅੰਮ੍ਰਿਤਸਰ ਪਲ ਜੋ ਜਗ੍ਹਾ ਲਾਗੇ ਦੇਣ ਗਿਰਾਏ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀਆਂ ਚੰਗੀਆਂ ਚੰਗੀਆਂ ਥਾਵਾਂ ਸਨ, ਗੁਰਦੁਆਰੇ ਸਨ, ਜਿਹੜੀਆਂ ਸੋਹਣੀਆਂ ਬਿਲਡਿੰਗਾਂ ਸਨ ਬਣੀਆਂ ਹੋਈਆਂ ਪੁਰਾਣੀਆਂ, ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀਆਂ, ਅਬਦਾਲੀ ਉਹਨਾਂ ਘਰਾਂ ਨੂੰ ਉਹਨਾਂ ਬਿਲਡਿੰਗਾਂ ਨੂੰ ਢਾਣ ਲੱਗਾ। ਚੋ ਪਈ ਤਾਲ ਮਦ ਦਈ ਲੱਦ ਗਿਰਾਏ, ਲਿਦ ਗਿਰਾਏ। ਸਰੋਵਰ ਦੇ ਵਿੱਚ ਸਾਰੀ ਫੌਜ ਦੇ ਜਿੰਨੇ ਘੋੜੇ ਸਨ ਉਹਨਾਂ ਦੀ ਲਿਦ ਸਰੋਵਰ ਦੇ ਸੁੱਟ ਦਿੱਤੀ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਘੋੜਿਆਂ ਦੀ ਲਿਦ ਪਾ ਪਾ ਕੇ ਸਰੋਵਰ ਨੂੰ ਪੂਰਨ ਲੱਗਾ ਹੈ। ਜੋ ਬੀਜੇ ਜਾਓ ਖੁਦ ਚਰਾਏ, ਔਰ ਸਰੋਵਰ ਪੂਰ ਦਿੱਤਾ ਅਬਦਾਲੀ ਨੇ ਘੋੜਿਆਂ ਦੀ ਲਿਦ ਪਾ ਕੇ, ਉਹਦੇ ਵਿੱਚ ਜੌ ਬੀਜ ਦਿੱਤੇ, ਖੇਤੀ ਕਰ ਦਿੱਤੀ। ਮਦ ਹਰਿਮੰਦਰ ਢਹਾ ਤਿੰਨ ਦਿਓ, ਸ੍ਰੀ ਹਰਿਮੰਦਰ ਸਾਹਿਬ ਜੋ ਸਰੋਵਰ ਦੇ ਵਿਚਕਾਰ ਅਬਦਾਲੀ ਨੇ ਢਾ ਦਿੱਤਾ ਸੀ। ਤੇ ਦਾਰੂ ਕੁੱਪੇ ਚਿੰਨ ਵਾਵਤ ਪਇਓ, ਦਾਰੂ ਦੇ ਬਰੂਦ ਦੇ ਕੁੱਪੇ ਨੀਹਾਂ ਦੇ ਵਿੱਚ ਰੱਖ ਕੇ ਸੁਰਗ ਦੁਆਰੀਆਂ ਦੇ ਵਿੱਚ ਚਿਣਾਈ ਕਰਕੇ ਬਰੂਦ ਦੇ ਕੁੱਪੇ ਅੱਗ ਲਵਾਈ ਅਬਦਾਲੀ ਨੇ। ਤਿਨੀ ਤਿੰਨ ਕੋ ਅਗਨ ਲਗਾਏ, ਬਰੂਦ ਦੇ ਕੁੱਪਿਆਂ ਨੂੰ ਅੱਗ ਲਾ ਕਰਕੇ ਅਬਦਾਲੀ ਨੇ ਹਰਿਮੰਦਰ ਸਾਹਿਬ ਢਾ ਦਿੱਤਾ, ਉਡਾ ਦਿੱਤਾ। ਉਡੀ ਇੱਟ ਉਮਾ ਪਹੁੰਚੀ ਜਾਏ, ਹਰਿਮੰਦਰ ਸਾਹਿਬ ਨੂੰ ਜਦੋਂ ਅਬਦਾਲੀ ਨੇ ਢਾਇਆ ਸੀ ਤਾਂ ਇੱਕ ਇੱਟ ਉੱਡ ਕੇ ਉਹਦੀ ਨੱਕ ਤੇ ਵੱਜੀ ਸੀ, ਲਗੀ ਨੱਕ ਕੇ ਉੱਪਰ ਸਾਏ। ਉਹ ਇੱਟ ਹਰਿਮੰਦਰ ਸਾਹਿਬ ਦੀ ਉੱਡ ਕੇ ਅਬਦਾਲੀ ਦੀ ਨੱਕ ਦੇ ਉੱਤੇ, ਘੋੜੀ ਦੇ ਉੱਤੇ ਆ ਜਿਹੜੀ ਉੱਪਰਲੀ ਹੱਡੀ ਆ, ਇੱਥੇ ਵੱਜੀ ਅਤੇ ਉਹਦੇ ਨੱਕ ਦੀ ਘੋੜੀ ਤੋੜ ਦਿੱਤੀ ਅਤੇ ਮੁੜ ਕੇ ਠੀਕ ਨਹੀਂ ਹੋਈ, ਨਸੂਰ ਨਾਲ ਹੀ ਅਬਦਾਲੀ ਮਰ ਗਿਆ ਸੀ। ਹੋਏ ਨਾ ਚੰਗਾ ਰੋਗੀ ਕਹਾਏ, ਮੁੜ ਕੇ ਚੰਗਾ ਨਹੀਂ ਹੋਇਆ ਅਬਦਾਲੀ, ਬਹੁਤ ਇਲਾਜ ਕੀਤੇ ਪਰ ਉਹ ਰੋਗ ਉਹਦਾ ਖਤਮ ਨਹੀਂ ਹੋਇਆ ਅਤੇ ਉਸੇ ਨਾਲ ਅਬਦਾਲੀ ਤੜਫ ਤੜਫ ਕੇ ਮਰਿਆ ਸੀ। ਲਾਹੌਰ ਕੇ ਤੁਰ ਪਇਓ ਰਾਹੇ, ਹਰਿਮੰਦਰ ਸਾਹਿਬ ਨੂੰ ਢਾ ਕੇ ਲਾਹੌਰ ਨੂੰ ਤੁਰ ਪਿਆ। ਲਾਹੌਰ ਤਖ਼ਤ ਪੈ ਬੈਠਿਓ ਜਾਏ, ਲਾਹੌਰ ਦੇ ਤਖ਼ਤ ਤੇ ਅਬਦਾਲੀ ਜਾ ਬੈਠਾ। ਲਗੋ ਸਿੰਘਨ ਕੋ ਚੁਣ ਚੁਣ ਮਾਰਨ, ਸਿੰਘਾਂ ਨੂੰ ਪੰਜਾਬ ਵਿੱਚ ਚੁਣ ਚੁਣ ਕੇ ਮਾਰਨ ਲੱਗਾ ਅਬਦਾਲੀ। ਬਹੁਤੇ ਖੋਟੇ ਉਨ ਕੀਨੇ ਕਾਰਨ, ਬੜੇ ਬੜੇ ਪਾਪ ਕੀਤੇ, ਬੜੇ ਜ਼ੁਲਮ ਕੀਤੇ ਸਿੱਖਾਂ ਉੱਤੇ। ਦੋਹਰਾ
ਬਹੁਤ ਸਿੰਘ ਮਾਲਵੇ ਵੜੇ ਕਿਤ ਕਰੈ ਵੜ ਚੱਲ। ਬਹੁਤ ਸਾਰੇ ਸਿੰਘ ਮਾਲਵੇ ਨੂੰ ਚਲੇ ਗਏ, ਬਹੁਤ ਸਾਰੇ ਸਿੰਘ ਜੰਗਲਾਂ ਬੇਲਿਆਂ ਪਹਾੜਾਂ ਚ ਲੁਕ ਗਏ। ਲੁੱਟੇ ਸੋ ਕਾਬਲ ਰਾਏ ਕੋ ਲੋੜ ਸੋ ਗਿਲਜਨ ਚੱਲ। ਪਰ ਹੁਣ ਗੁਜ਼ਾਰਾ ਕਰਨ ਵਾਸਤੇ ਸਿੰਘਾਂ ਨੂੰ ਪਠਾਣ ਲੁੱਟਣੇ ਪੈਂਦੇ, ਪਠਾਣਾਂ ਨੂੰ ਪੈਂਦੇ ਸਿੰਘ ਰਾਤ ਬਰਾਤੇ ਨਿਕਲਦੇ, ਅਬਦਾਲੀ ਦੀਆਂ ਫੌਜਾਂ ਵਿੱਚੋਂ ਰਸਤਾ ਬਸਤਾ ਲੁੱਟ ਕੇ ਲਿਆਉਂਦੇ, ਘੋੜੇ ਲੁੱਟ ਕੇ ਲਿਆਉਂਦੇ, ਜਿੰਨਾ ਮਾਲ ਅਬਦਾਲੀ ਲੁੱਟ ਕੇ ਲਿਜਾ ਰਿਹਾ ਹੁੰਦਾ ਸੀ ਰਾਹ ਕਾਬਲ ਨੂੰ, ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਉਹ ਲੁੱਟ ਲਿਆ ਕਰਦੇ ਸਨ। ਚੌਪਈ ਸਾਏ ਸਿੰਘ ਨੇ ਬਹੁਤ ਅਕਾਇਆ। ਹਾਂ, ਸਿੰਘਾਂ ਨੇ ਵੀ ਅਬਦਾਲੀ ਨੂੰ ਦੀ ਨੱਕ 'ਚ ਦਮ ਕਰ ਛੱਡਿਆ ਸੀ, ਅਬਦਾਲੀ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਸਿੱਖਾਂ ਨੇ। ਢੂੰਡਣ ਸਿੰਘਾਂ ਨਾਲ ਦਸਤਾ ਚੜਾਇਆ। ਅਬਦਾਲੀ ਸਿੱਖਾਂ ਨੂੰ ਲੱਭਣ ਦੇ ਲਈ ਬੜੀ ਭਾਰੀ ਫੌਜ ਲੈ ਕੇ ਉਨ ਫੌਜਾਂ ਪਿੱਛੇ ਚੜਾ ਦਿੱਤੀਆਂ ਸਿੱਖਾਂ ਦੇ। ਸੋ ਦਸਤੋ ਸਿੰਘਨ ਲਿਓ ਲੂਟ। ਉਹ ਜਿਹੜਾ ਦਸਤਾ ਕਈ ਹਜ਼ਾਰ ਫੌਜੀ ਸਿੱਖਾਂ ਨੂੰ ਮਾਰਨ ਚੱਲੇ ਸੀਗੇ, ਸਿੰਘਾਂ ਨੇ ਉਹਨਾਂ ਨੂੰ ਵੀ ਲੁੱਟ ਲਿਆ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਹੋ ਕੇ ਆ ਰਹੇ ਸਨ। ਖਾਲਸੇ ਨੇ ਗੁਰੀਲਾ ਲੜਾਈ ਦੇ ਨਾਲ ਛਾਪੇ ਮਾਰ ਮਾਰ ਕੇ ਅਬਦਾਲੀ ਦੀ ਫੌਜ ਦੇ ਸੈਂਕੜੇ ਹਜ਼ਾਰਾਂ ਘੋੜੇ ਖੋਹ ਲਏ। ਰਾਤ ਦਿਵਸ ਮੈਂ ਕਰਤੇ ਛੂਟ। ਦਿਨ ਰਾਤ ਸਿੰਘ ਹੱਲਾ ਮਾਰ ਜਾਂਦੇ ਸਨ, ਕਦੀ ਸ਼ਾਮ ਕਦੀ ਸਵੇਰ ਕਦੀ ਰਾਤ ਕਦੀ ਦੁਪਹਿਰ, ਜਦੋਂ ਦਾ ਲੱਗਦਾ ਸਿੰਘ ਅਬਦਾਲੀ ਦੀ ਫੌਜ ਨੂੰ ਬਰਬਾਦ ਕਰ ਰਹੇ ਸਨ। ਗਿਲਜੇ ਮੁੱਦੇ ਹੋ ਕੇ ਪਾਵੇ। ਔਰ ਗਿਲਜਿਆਂ ਨੂੰ ਜਦੋਂ ਪਿੱਛੇ ਗਿਲਜੇ ਪੈਂਦੇ ਸਨ ਸਿੱਖਾਂ ਦੇ ਜੰਗਲਾਂ ਵਿੱਚ ਜਾ ਵੜਦੇ ਸਨ। ਸਿੰਘ ਘੋੜੇ ਚੜ ਲੈ ਨੱਠ ਜਾਵੇ। ਘੋੜਿਆਂ ਦੇ ਚੜ ਕੇ ਜੰਗਲਾਂ ਦੇ ਭੇਤੀ ਸਨ, ਜੰਗਲਾਂ ਚ ਲੁਕ ਜਾਂਦੇ, ਲੱਭਦੇ ਨਹੀਂ ਸਨ ਅਬਦਾਲੀ ਦੀ ਫੌਜ ਨੂੰ। ਸਾਏ ਸੁਣੀਓ ਬਹੁਤ ਰਿਸਾਇਆ। ਅਬਦਾਲੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਕਿ ਸਿੱਖ ਤਾਂ ਬਾਜ ਨਹੀਂ ਆਉਂਦੇ, ਸਿੱਖ ਹਟਦੇ ਨਹੀਂ ਲੜਨ ਤੋਂ, ਸਿੱਖ ਸਾਡੀ ਈਨ ਨਹੀਂ ਮੰਨਦੇ, ਅਬਦਾਲੀ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਸਿੰਘਾਂ ਨੇ ਉੱਪਰ ਕਰਨ ਚੈ ਪਤਾਇਆ। ਉਹ ਖਾਲਸੇ ਪੰਥ ਨੂੰ ਖਤਮ ਕਰਨ ਲਈ ਵੱਡਾ ਭਾਰੀ ਹੱਲਾ ਕਰਨ ਦੀਆਂ ਸੋਚਾਂ ਸੋਚਣ ਲੱਗਾ। ਸ਼ਾਹੂ ਕਹਿ ਚੜ ਜੰਗਲ ਦੌੜੈ। ਅਬਦਾਲੀ ਕਹਿੰਦਾ ਕਿ ਸਿੱਖ ਚੜ ਕੇ ਜੰਗਲਾਂ ਚ ਲੁਕ ਜਾਂਦੇ ਨੇ। ਵਜ਼ੀਰ ਕਹੀ ਹਮ ਦੌੜ ਹੋਏ ਹੋਰੈ। ਵਜ਼ੀਰ ਕਹਿਣ ਲੱਗਾ ਕਿ ਅਸੀਂ ਸਿੱਖਾਂ ਨੂੰ ਦੌੜ ਨਹੀਂ ਦਿਆਂਗੇ ਹੁਣ। ਮਜੈਲ ਸਿੰਘ ਵਾਂ ਕਈ ਹਜ਼ਾਰ। ਮਜੈਲ ਮਾਝੇ ਵਾਲੇ ਕਈ ਹਜ਼ਾਰ ਸਿੰਘ ਹਨ, ਜਿਨ੍ਹਾਂ ਵਿੱਚ ਜੱਸਾ ਸਿੰਘ ਆਲੂ ਵਾਲੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਜੈ ਸਿੰਘ ਕਨਈਆ, ਜੱਸਾ ਸਿੰਘ ਰਾਮਗੜੀਆ, ਇਸੇ ਤਰ੍ਹਾਂ ਹੋਰ ਮਿਸਲਾਂ ਦੇ ਨਕਈ ਮਿਸਲਾਂ ਵਾਲੇ, ਕਨਈਆ ਮਿਸਲ, ਰਾਮਗੜੀਆ ਮਿਸਲ, ਡੱਲੇ ਵਾਲੀਆਂ ਦੀ ਮਿਸਲ, ਸ਼ਹੀਦਾਂ ਨਿਹੰਗਾਂ ਸਿੰਘਾਂ ਦੀ ਮਿਸਲ, ਸਾਰੀਆਂ ਜਿਹੜੀਆਂ ਮਿਸਲਾਂ ਹਨ। ਚੰਗੇ ਘੋੜੇ ਔ ਬੰਦੂਕਾਂ ਵਾਰ। ਇਹ ਜਿਹੜੇ ਚੰਗੇ ਘੋੜ ਸਵਾਰ ਤੇ ਬੰਦੂਕ ਚੀ ਲੜਾਕੇ ਸਿੱਖ ਹਨ। ਬਿਨ ਪਾਣੀ ਹਮ ਮਰੇ ਪਿਆਸੇ। ਉਹ ਆਪਾਂ ਸਿੱਖਾਂ ਨੂੰ ਘੇਰਨਾ ਹੈ, ਲੜਾਕਿਆਂ ਨੂੰ ਮਾਰਨਾ ਹੈ, ਪਰ ਜੰਗਲ ਜੇ ਚਲੇ ਗਏ ਤੇ ਉੱਥੇ ਸਾਨੂੰ ਤੰਗੀ ਆਵੇਗੀ, ਪਾਣੀ ਨਹੀਂ ਮਿਲੇਗਾ, ਕਿਉਂਕਿ ਮਾਲਵਾ ਦੇਸ਼ ਨੂੰ ਪਹਿਲਾਂ ਜੰਗਲ ਕਹਿੰਦੇ ਸਨ। ਬਠਿੰਡੇ ਦਾ ਇਲਾਕਾ ਇਸੇ ਤਰ੍ਹਾਂ ਅੱਗੇ ਬੀਕਾਨੇਰ ਤੱਕ ਜੰਗਲ ਹੀ ਜੰਗਲ। ਜੇ ਸਿੱਖ ਉੱਧਰ ਚਲੇ ਗਏ ਤਾਂ ਫਿਰ ਸਿੱਖ ਸਾਨੂੰ ਕਾਬੂ ਨਹੀਂ ਆਉਣਗੇ ਸਾਡੇ, ਕਿਉਂਕਿ ਉੱਥੇ ਪਾਣੀ ਨਹੀਂ ਮਿਲਦਾ, ਸਾਡੀ ਫੌਜ ਪਿਆਸੀ ਮਰ ਜਾਏਗੀ।
ਹਮਕੋ ਮਾਰੇ ਦੇਖੇ ਤਰਾਸੀ। ਉੱਥੇ ਇਹ ਲੜਾਕੀਆਂ ਮਿਸਲਾਂ ਜਿਹੜੀਆਂ ਸਿੱਖਾਂ ਦੀਆਂ ਨੇ ਬੜੀ ਬੁਰੀ ਤਰ੍ਹਾਂ ਸਾਨੂੰ ਮਾਰਨ ਗਈਆਂ ਜੇ ਉੱਥੇ ਗਏ ਉਹਨਾਂ ਦੇ ਪਿੱਛੇ। ਉਹ ਹੈ ਭੂਮੀਏ ਹਮ ਪਰਦੇਸੀ। ਫੌਜ ਦੇ ਵਜ਼ੀਰ ਕਹਿਣ ਲੱਗੇ, ਜਨਰਲ ਕਹਿਣ ਲੱਗੇ ਬਾਦਸ਼ਾਹ ਅਬਦਾਲੀ ਨੂੰ ਕਿ ਉਹ ਭੂਮੀਏ ਜ਼ਿਮੀਂਦਾਰ ਜੱਟ ਹਨ, ਪੰਜਾਬ ਦੇ ਰਹਿਣ ਵਾਲੇ, ਉਹਨਾਂ ਨੂੰ ਪਿੰਡਾਂ ਦਾ, ਰਸਤਿਆਂ ਦਾ ਅਤੇ ਇੱਥੋਂ ਦੀ ਬੋਲੀ ਦਾ, ਇੱਥੋਂ ਦੇ ਰਹਿਣ ਸਹਿਣ ਦਾ ਤਜਰਬਾ ਹੈ। ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਮਾਝੇ ਵਾਲਿਆਂ ਦੀਆਂ ਮਾਲਵੇ 'ਚ, ਮਾਲਵੇ ਵਾਲੇ ਦੀਆਂ ਮਾਝੇ ਵਿੱਚ, ਇਹ ਸਾਰੇ ਇੱਕ ਦੂਜੇ ਦੇ ਨਾਲ ਮਿਲਦੇ ਨੇ, ਗੁਰੂ ਨੂੰ ਮੰਨਣ ਵਾਲੇ ਨੇ। ਅਸੀਂ ਪਰਦੇਸੀ ਹਾਂ, ਸਾਡੀ ਇੱਥੇ ਦਾਲ ਨਹੀਂ ਗਲਣੀ ਮਾਲਵੇ ਦੇਸ਼ ਵਿੱਚ। ਰਲ ਮਾਰੇ ਹਮ ਉਨਕੋ ਖੇਸੀ। ਉਹਨਾਂ ਨੂੰ ਅਸੀਂ ਕਿਵੇਂ ਮਾਰੀਏ, ਮਾਲਵੇ ਵਿੱਚ ਮਾਰਨਾ ਔਖਾ ਹੈ। ਦੋਹਰਾ ਕੂੜੈ ਰੂੜੈ ਚਿੰਤਾ ਜੂੜੈ ਸੋਚੋ ਯੂੰ ਪਛਤਾਏ। ਇਹ ਤਾਂ ਸਾਧ ਸੰਗਤ ਜੀ ਕੁੜੈ ਮਨ ਵਿੱਚ ਕੁੜਦੇ ਨੇ, ਅਬਦਾਲੀ ਦੇ ਜਰਨੈਲ ਅਤੇ ਅਬਦਾਲੀ ਦੇ ਅਫਸਰ, ਅਬਦਾਲੀ ਵੀ, ਅਤੇ ਚਿੰਤਾ 'ਚ ਰੁੜਦੇ ਜਾਂਦੇ ਨੇ। ਕੋਈ ਸਮਝ ਨਹੀਂ ਆਉਂਦੀ ਕਿ ਸਿੱਖਾਂ ਦਾ ਕੀ ਇਲਾਜ ਕੀਤਾ ਜਾਵੇ, ਸਿੱਖ ਨੂੰ ਕਿਵੇਂ ਕਾਬੂ ਆਉਣ। ਸਿੱਖ ਸਾਡੇ ਕਬਾਬ ਦੇ ਵਿੱਚ ਇੱਕ ਕੰਡਾ ਫਸ ਕੇ ਬਣ ਕੇ, ਗਲ ਦੀ ਕਬਾਬ ਦੀ ਹੱਡੀ ਬਣ ਕੇ ਬੈਠੇ ਹਨ। ਇਹਨਾਂ ਨੂੰ ਖਤਮ ਕਰਨਾ ਜ਼ਰੂਰੀ ਹੈ। ਦੱਖਣਪੁਰ ਮੈਂ ਲੁੱਟੀ ਸੁਦ ਸਿੰਘਣ ਦੀ ਗਵਾ। ਮੈਂ ਦੱਖਣ ਪੂਰਬ ਲੁੱਟ ਲਿਆ, ਦੱਖਣ ਭਾਵ ਮਰੱਟੇ ਲੁੱਟ ਲਏ, ਪੂਰਬ ਤੋਂ ਭਾਵ ਮੈਂ ਜਿਹੜੇ ਬੰਗਾਲ ਤੱਕ ਦੇ ਰਾਜੇ ਮਹਾਰਾਜੇ ਨਵਾਬ ਲੁੱਟ ਲਏ, ਦੂਰ ਦੂਰ ਤੱਕ ਮੈਂ ਫਤਿਹ ਕਰ ਲਿਆ, ਮੋਰਚਾ ਹਿੰਦੁਸਤਾਨ ਸਾਰਾ ਫਤਿਹ ਕਰ ਲਿਆ, ਪਰ ਸਿੱਖਾਂ ਨੇ ਮੇਰੀ ਮੱਤ ਮਾਰੀ ਹੋਈ ਹੈ, ਸਿੱਖਾਂ ਨੇ ਮੇਰੀ ਸੁੱਧ ਬੁੱਧ ਗਵਾਈ ਹੋਈ ਹੈ। ਚੋ ਪਈ ਵੈ ਮੂਰਖ ਯੋਂ ਲਖੇ ਨਾ ਬਾਤ। ਸੋ ਪਰ ਮੂਰਖ ਅਬਦਾਲੀ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਪੰਥ ਬਲੀ ਕੇ ਉਹ ਹਮ ਕਿਮ ਕਾਤ। ਕਿ ਪੰਥ ਜਿਹੜਾ ਹੈ ਇੱਕ ਬਲੀ ਪੁਰਸ਼ ਨੇ ਪੈਦਾ ਕੀਤਾ ਹੈ। ਉਹ ਬਲੀ ਪੁਰਸ਼ ਕੌਣ ਹੈ? ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਕਲਗੀਧਰ ਪਾਤਸ਼ਾਹ। ਐਵੇਂ ਸਾਧ ਸੰਗਤ ਜੀ, ਕੋਈ ਸਿਆਸੀ ਸਟੰਟਬਾਜ਼ੀ ਨਹੀਂ ਸੀ। ਜਿਵੇਂ ਕੋਈ ਸਿਆਸੀ ਪਾਰਟੀ ਬਣ ਜਾਵੇ ਤਾਂ ਉਹਨੂੰ ਤਾਂ ਢਾਣਾ ਸੌਖਾ ਹੁੰਦਾ, ਪਰ ਜਿਹੜਾ ਕਰਤੇ ਪੁਰਖ ਦੀ ਖੇਡ ਦੇ ਨਾਲ, ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟ ਚਲਾਇਓ ਪੰਥ, ਅਕਾਲ ਪੁਰਖ ਦੇ ਬਚਨ ਨਾਲ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਅਕਾਲ ਪੁਰਖ ਦੀ ਆਗਿਆ ਨਾਲ ਇਹ ਪੰਥ ਚੱਲਿਆ। ਕਰਤੇ ਪੁਰਖ ਨੇ ਇਸ ਪੰਥ ਦੀ ਆਗਿਆ ਦਿੱਤੀ, ਹੁਕਮ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਰਤੀ 'ਤੇ ਆਏ, ਉਹਨਾਂ ਨੇ ਖਾਲਸਾ ਸਾਜਿਆ। ਦਸ ਪਾਤਸ਼ਾਹੀ ਲੜਤ ਬਿਤਾਈ। ਦਸ ਪਾਤਸ਼ਾਹੀਆਂ, ਦਸਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੰਗਾਂ ਯੁੱਧਾਂ 'ਚ ਸਮਾਂ ਲੰਘਿਆ। ਪਹਿਲੀ ਜੰਗ ਤਾਂ ਗੁਰੂ ਨਾਨਕ ਸਾਹਿਬ ਨੇ ਲੜੀ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੇ ਕੀ ਜੰਗ ਲੜੀ ਹੈ? ਉਹਨਾਂ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ ਮੂੰਹ ਦੇ ਉੱਤੇ, ਇੱਕ ਜਾਬਰ ਬਾਦਸ਼ਾਹ, ਜ਼ਾਲਮ ਬਾਦਸ਼ਾਹ, ਅਤੇ ਉਹਦੇ ਮੂੰਹ 'ਤੇ ਇੱਕ ਫਕੀਰ, ਇੱਕ ਸਾਧੂ ਜਿਹਦੇ ਕੋਲ ਕੋਈ ਹਥਿਆਰ ਨਹੀਂ, ਜਿਹਦੇ ਕੋਲ ਕੋਈ ਫੌਜ ਨਹੀਂ, ਭਾਈ ਬਾਲਾ ਮਰਦਾ ਨਹੀਂ ਨਾਲ ਸਨ ਕੀਰਤਨ ਕਰਨ ਵਾਲੇ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਫਿਰ ਹਮਾਇਓ ਗੁਰੂ ਅੰਗਦ ਸਾਹਿਬ ਕੋਲ ਆਇਆ, ਮਿੰਨਤਾਂ ਕੀਤੀਆਂ, ਰਾਜ ਮੰਗਿਆ। ਅਕਬਰ ਗੁਰੂ ਅਮਰਦਾਸ ਜੀ ਕੋਲ ਆਇਆ, ਅਤੇ ਫਿਰ ਛੇਵੇਂ ਪਾਤਸ਼ਾਹ ਤੋਂ ਸਿੱਧੀ ਜੰਗ ਸ਼ੁਰੂ ਹੋ ਗਈ। ਤੋ ਦਸ ਪਾਤਸ਼ਾਹੀਆਂ ਦੀ ਇਸ ਸਰਕਾਰ ਨਾਲ ਟੱਕਰ ਰਹੀ ਹੈ ਕਿਸੇ ਨਾ ਕਿਸੇ ਰੂਪ ਵਿੱਚ, ਸਮੇਂ ਸਮੇਂ ਅਨੁਸਾਰ। ਹਾਂਜੀ, ਇਨਕੀ ਜੜ ਨਿਤ ਹੋਵੇ ਸਵਾਈ। ਮੂਰਖ ਅਬਦਾਲੀ ਜਾਣਦਾ ਨਹੀਂ ਇਹ ਖਾਲਸੇ ਪੰਥ ਦੀ ਜੜ ਪਤਾਲ ਤੱਕ ਡੂੰਘੀ ਲੱਗੀ ਹੋਈ ਹੈ।
ਇਹਦੀਆਂ ਨੀਹਾਂ ਦਾ ਜਿਹੜਾ ਸਿੱਖੀ ਦਾ ਮਹਿਲ ਹੈ ਉਹ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਸੀਸ ਦੇ ਉੱਤੇ ਉਸਰਿਆ ਹੋਇਆ ਹੈ। ਹਾਂਜੀ, ਲੜਤੇ ਮਰਤੇ ਵਧਤੇ ਜਾਹੇ, ਜਿੰਨੇ ਇਹ ਸਿੰਘ ਲੜਨਗੇ ਮਰਨਗੇ ਓਨੇ ਵਧਣਗੇ। ਇਹ ਬੇਲ ਇਹੋ ਜਿਹੀ ਹੈ ਜਿੰਨੀ ਵੱਡੀਏ ਓਨੀ ਵੱਧਦੀ ਹੈ। ਬੋਲੋ ਕਿਸ ਤੇ ਨਾ ਖਪਾਹੇ, ਇਹ ਪੰਥ ਖਾਲਸਾ ਮੁੱਢੋਂ ਖਤਮ ਨਹੀਂ ਹੋਇਆ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਮ ਕਾਟੇ ਤੇ ਫਲੇ ਗੁਲਾਬ, ਜਿਵੇਂ ਗੁਲਾਬ ਨੂੰ ਜਿੰਨਾ ਕੱਟੀਏ ਨਾ ਗੁਲਾਬ ਦੇ ਬੂਟੇ ਨੂੰ ਓਨਾ ਜ਼ਿਆਦਾ ਉਹ ਫਲਦਾ ਫੁੱਲਦਾ ਹੈ। ਤਿਵੇਂ ਵਾਦੇ ਪਾਏ ਅਜਾਬ, ਇਹ ਖਾਲਸਾ ਵੀ ਦੁੱਖਾਂ ਨਾਲ ਵੱਧਦਾ ਹੈ। ਜਿੰਨੀਆਂ ਮੁਸੀਬਤਾਂ ਆਉਂਦੀਆਂ ਸਿੱਖਾਂ ਦੇ ਉੱਤੇ, ਉਹਨੇ ਸਿੱਖ ਬਹਾਦਰ ਹੁੰਦੇ ਆ, ਦਲੇਰ ਹੁੰਦੇ ਆ, ਅਤੇ ਹਰ ਮੁਸੀਬਤ ਨਾਲ ਲੜ ਕੇ ਇਹ ਵੱਧ ਜਾਂਦੇ। ਹਾਂਜੀ, ਦੋਹਰਾ ਸਿੰਘ ਮਾਲਵੇ ਵੜ ਰਹਿ ਲੈ ਪੱਲੀਆ ਖਰੀ ਸੋ ਖਾ, ਉਸ ਵੇ ਖਾਲਸਾ ਮਾਲਵੇ ਚ ਰਹਿੰਦਾ ਜ਼ਿਆਦਾਤਰ ਪਰਿਵਾਰ ਬੱਚੇ, ਜਿੱਥੇ ਜੋ ਪੱਲੇ ਪੈਂਦਾ ਉਹ ਖਾ ਕੇ ਪੇਟ ਗੁਜ਼ਾਰਾ ਕਰਦੇ, ਕਿਤੇ ਰੁੱਖੀ ਕਿਤੇ ਮਿੱਸੀ। ਕਈ ਇਹੋ ਜਿਹੇ ਸਮੇਂ ਆਉਂਦੇ ਸਿੰਘਾਂ ਨੂੰ ਸਾਧ ਸੰਗਤ ਜੀ, ਕਈ ਕਈ ਹਫ਼ਤੇ ਰੋਟੀ ਨਹੀਂ ਸੀ ਮਿਲਿਆ ਕਰਦੀ, ਬਸ ਕਦੀ ਅਲੂਣਾ ਸਾਗ ਖਾ ਲਿਆ, ਕਦੀ ਪੱਤੇ ਉਬਾਲ ਕੇ ਖਾ ਲਏ, ਕਦੀ ਕੱਚੇ ਹੀ ਖਾ ਲਏ, ਅਤੇ ਇਹੋ ਜਿਹਾ ਸਮਾਂ ਸੀ ਸਿੰਘਾਂ ਦੇ ਉੱਤੇ। ਬਿਨ ਲੁੱਟੇ ਹਮ ਕਿਉਂ ਬਚੈ ਯੋ ਮਿਲ ਕਰੈ ਸਲਾ, ਜੋ ਕੁਝ ਪੱਲੇ ਹੁੰਦਾ ਸੀ ਉਹਦੇ ਨਾਲ ਖਰੀਦ ਕੇ ਵੀ ਖਾਂਦੇ ਸਨ, ਪਰ ਪੱਲੇ ਕਿੰਨਾ ਕੁ ਚਿਰ, ਪੰਜਾਹ ਪੰਜਾਹ ਹਜ਼ਾਰ, ਚਾਲੀ ਚਾਲੀ ਹਜ਼ਾਰ ਫੌਜ ਹੋਵੇ ਸਿੰਘਾਂ ਦੀ, ਅਤੇ ਖਰੀਦ ਕੇ ਕੀ ਖਾਣਗੇ, ਕਿੰਨਾ ਕੁ ਚਿਰ ਖਾਣਗੇ। ਇੱਕ ਦਿਨ ਵਿੱਚ ਹੀ ਕਈ ਹਜ਼ਾਰਾਂ ਰੁਪਈਆਂ ਦਾ ਖਰਚਾ ਫੌਜ ਦਾ ਹੋ ਜਾਂਦਾ, ਅਤੇ ਉਹ ਇੰਨੀ ਮਾਇਆ ਹੁੰਦੀ ਨਹੀਂ ਸੀ, ਨਾ ਕੋਈ ਮੁਲਕ ਸੀ, ਨਾ ਕੋਈ ਖਾਲਸੇ ਦੇ ਕੋਲ ਜਗੀਰ ਸੀ, ਬਸ ਸਰਕਾਰੀ ਖਜ਼ਾਨਿਆਂ ਵਿੱਚੋਂ ਲੁੱਟਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਹੀ ਸਲਾਹ ਕਰਨੀ ਪੈਂਦੀ ਸੀ ਕਿ ਅਬਦਾਲੀ ਦੇ ਅਤੇ ਮੁਗਲਾਂ ਦੇ ਖਜ਼ਾਨੇ ਲੁੱਟੀਏ। ਚੌਪਈ ਮਿਲਖਾ ਸੇ ਦੀਵਾਨ ਲਗਾਇਆ, ਖਾਲਸੇ ਨੇ ਦੀਵਾਨ ਲਾਇਆ, ਗੁਰਮਤਾ ਕੀਤਾ ਸਾਰਾ ਪੰਥ। ਜਦੋਂ ਕੋਈ ਸਮਾਂ ਹੁੰਦਾ ਸੀ ਬਿਪਤਾ ਵਾਲਾ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਿੰਘ ਗੁਰਮਤਾ ਕਰਿਆ ਕਰਦੇ ਸਨ। ਚੜ੍ਹਨੇ ਕੋ ਸਮ ਉਦਮ ਕਰਾਇਆ, ਅਤੇ ਫਿਰ ਸਾਰਾ ਖਾਲਸਾ ਇਕੱਠਾ ਹੋ ਕੇ ਜੋ ਵੀ ਮਤਾ ਕਰਦਾ ਸੀ ਉਹਦੇ ਉੱਤੇ ਸਿੰਘ ਸਾਰੇ ਜਥੇਬੰਦੀਆਂ ਸਾਰੀਆਂ ਅਮਲ ਕਰਦੀਆਂ ਸਨ। ਲੁੱਟਣ ਖਾਨ ਕੋ ਡੇਰਾ ਤੁਰਾਇਆ, ਸਾਧ ਸੰਗਤ ਜੀ, ਖਾਨ ਅਹਿਮਦ ਸ਼ਾਹ ਅਬਦਾਲੀ ਦਾ ਡੇਰਾ ਲੁੱਟਣ ਦੀ ਖਾਲਸੇ ਨੇ ਸਲਾਹ ਕਰ ਲਈ। ਵੱਡਾ ਹੌਂਸਲਾ ਰੱਖਿਆ ਵੀ ਉਹ ਤਾਂ ਸਾਰੀ ਦੁਨੀਆਂ ਨੂੰ ਲੁੱਟਦਾ, ਆਪਾਂ ਗਰੀਬ ਥੋੜ੍ਹਾ ਲੁੱਟਣੇ ਨੇ, ਜ਼ਾਲਮ ਨੂੰ ਲੁੱਟਣਾ। ਖਾਨ ਯਾਨੀ ਅਹਿਮਦ ਸ਼ਾਹ ਅਬਦਾਲੀ ਦੇ ਖਾਨਾਂ ਨੂੰ, ਅਹਿਮਦ ਸ਼ਾਹ ਅਬਦਾਲੀ ਨੂੰ ਚੈਲੰਜ ਕਰਨ ਦੀ ਸਿੰਘਾਂ ਨੇ ਸਲਾਹ ਕੀਤੀ। ਸਰਹੰਦ ਗਿਰਦ ਚੜ ਸ਼ੋਰ ਮਚਾਇਆ, ਜੈਨ ਖਾਨ ਸਰਹੰਦ ਦਾ ਸੂਬੇਦਾਰ ਹੈ, ਉਹ ਪਠਾਨ ਹੈ, ਅਤੇ ਸਰਹੰਦ ਸਾਡੀ ਹੈ, ਸਰਹੰਦ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਉਜਾੜ ਦੇਣੀ ਹੈ, ਅਤੇ ਆਪਾਂ ਪਠਾਣਾਂ ਕੋਲੋਂ ਜੋ ਕੁਝ ਸਰਹੰਦ 'ਚੋਂ ਮਿਲਦਾ ਪਹਿਲਾਂ ਉਹ ਲੁੱਟੀਏ। ਸਿੰਘਾਂ ਨੇ ਸਰਹੰਦ ਲੁੱਟਣ ਦੇ ਲਈ ਫਿਰ ਤਿਆਰੀ ਕਰ ਲਈ। ਜੈਨਾ ਕੇਰ ਵਿੱਚ ਸੈਰ ਵਡਾਇਓ, ਜਦੋਂ ਖਾਲਸੇ ਦੀ ਫੌਜਾਂ ਚੜ੍ਹੀਆਂ ਉਸ ਵੇਲੇ ਜੈਨ ਖਾਂ ਲੁੱਕ ਗਿਆ ਸਰਹੰਦ ਦੇ ਅੰਦਰ ਜਾ ਕੇ। ਡੇਰਾ ਮੋੜ ਮਲੇ ਰਹਿ ਟਿਗਲਾਇਓ, ਸਿੰਘਾਂ ਨੇ ਵੇਖਿਆ ਵੀ ਇਹ ਤਾਂ ਹੁਣ ਆਕੀ ਹੋ ਗਿਆ ਅੰਦਰ ਕਿਲੇ ਦੇ, ਇੱਦਾਂ ਤਾਂ ਲੜਾਈ ਹੋਣੀ ਨਹੀਂ, ਐਵੇਂ ਘੇਰਾ ਪਾ ਕੇ ਬੈਠੇ ਰਹਾਂਗੇ। ਸਿੰਘਾਂ ਨੇ ਉੱਥੋਂ ਡੇਰਾ ਚੁੱਕਿਆ ਅਤੇ ਰਾਏ ਕੋਟ ਮਲੇਰਕੋਟਲੇ ਦੇ ਲਾਗੇ, ਜਿਹੜਾ ਜਗਰਾਵਾਂ ਰਾਏ ਕੋਟ ਅਤੇ ਮਲੇਰਕੋਟਲੇ ਦਾ ਇਲਾਕਾ ਹੈ,
ਇੱਥੇ ਖਾਲਸਾ ਆ ਕੇ ਬੈਠ ਗਿਆ। ਕੋਈ ਕਹੈ ਲਿਹੋ ਮਲੇਰ ਸੋ ਮਾਰ, ਸਿੰਘਾਂ ਵਿੱਚ ਫੇਰ ਗੱਲਾਂ ਚੱਲ ਪਈਆਂ। ਕਈ ਸਿੰਘ ਕਹਿੰਦੇ ਮਲੇਰ ਕੋਟੜਾ ਹੀ ਫਤਿਹ ਕਰ ਲਈਏ, ਨਿਤ ਨਿਤ ਕੀ ਹੋਏ ਅਲੱਗ ਬਿਡਾਰ। ਮਲੇਰ ਕੋਟੜੀਏ ਬੜੇ ਵੈਰੀ ਨੇ ਖਾਲਸੇ ਦੇ, ਇਹ ਤੰਗ ਕਰਦੇ ਨੇ ਪਠਾਣਾ। ਵੈਸੇ ਹਾਦਾ ਨਾਰਾ ਤਾਂ ਮਾਰਿਆ ਉਹਨਾਂ ਨੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੇਰੇ, ਉਹ ਸਿਰਫ ਉਹਨੇ ਇਸ ਕਰਕੇ ਮਾਰਿਆ ਵੀ ਇਹ ਬੱਚੇ ਹਨ, ਬੱਚੇ ਨਾ, ਬਾਕੀ ਉਹ ਸਿੱਖਾਂ ਦੇ ਮਿੱਤਰ ਨਹੀਂ ਸਨ। ਚਮਕੌਰ ਦੇ ਜੰਗ ਵਿੱਚ ਜਿਹੜਾ ਨਾਹਰ ਖਾਂ ਮਰਿਆ ਗੁਰੂ ਸਾਹਿਬ ਦੇ ਹੱਥੋਂ, ਉਹਦਾ ਭਰਾ ਸੀ ਸਿੱਖਾਂ, ਗੈਰਤ ਖਾਂ ਵੀ ਉਹਦਾ ਭਰਾ ਸੀ, ਜਿਹੜਾ ਸਾਰੀ ਫੌਜ ਦਾ ਜਨਰਲ ਖਵਾਜ਼ਾ ਮਹਿਮੂਦ ਅਲੀ ਉਹ ਵੀ ਉਹਦਾ ਭਰਾ ਸੀ, ਅਤੇ ਖੁਦ ਸ਼ੇਰ ਮੁਹੰਮਦ ਵੀ ਉਹ ਲੜਾਈ ਲੜਨ ਚਮਕੌਰ ਗੁਰੂ ਸਾਹਿਬ ਦੇ ਖਿਲਾਫ ਹੀ ਗਿਆ ਹੋਇਆ ਸੀ। ਤੋ ਇਹ ਮੁੱਢ ਤੋਂ ਹੀ ਸਿੱਖਾਂ ਦੇ ਨਾਲ ਵੈਰ ਕਰਦੇ ਆਏ। ਕਈ ਸਿੰਘ ਵਿੱਚੋਂ ਕਹਿਣ ਲੱਗੇ ਆਪਾਂ ਇਹਨਾਂ ਦਾ ਵੀ ਭੋਗ ਪਾਈਏ, ਮਲੇਰ ਕੋਟੜੇ ਵਾਲਿਆਂ ਨੂੰ ਵੀ ਫਤਿਹ ਕਰੀਏ। ਕੋਈ ਕਹੈ ਇਹ ਮਰੇ ਅਬਾਹੀ, ਸਿੰਘਾਂ ਨੇ ਆਖਿਆ, ਕਈ ਸਿੰਘ ਕਹਿੰਦੇ ਨਹੀਂ ਏਦਾਂ ਨਹੀਂ ਮਾਰਨਾ ਇਹਨਾਂ ਨੂੰ। ਕਉ ਕਹੈ ਇਹ ਮਰਤੀ ਅਬ ਨਾਹੀ, ਕਈ ਕਹਿੰਦੇ ਨਹੀਂ ਇਹ ਨਹੀਂ ਮਰਨ ਲੱਗੇ ਸਾਡੇ ਤੋਂ। ਗੁਰਬਚਨੀ ਪਈ ਰਛਿਆ ਯਾਹੀ, ਗੁਰੂ ਸਾਹਿਬ ਦਾ ਬਚਨ ਹੈ ਮਲੇਰ ਕੋਟੜੇ ਦੀ ਜੜ ਰਹਿ ਜਾਏਗੀ, ਇਸ ਕਰਕੇ ਕਹਿੰਦੇ ਗੁਰੂ ਬਚਨ ਦੀ ਰੱਖਿਆ ਕਰਦਾ ਹੈ। ਸੋ ਖਾਲਸਾ ਜੀ, ਜਦੋਂ ਸੰਨ 47 ਦਾ ਵੀ ਸਮਾਂ ਆਇਆ ਤਾਂ ਬਾਬਾ ਜੀ ਕਥਾ 'ਚ ਦੱਸਦੇ ਹੁੰਦੇ ਹੈ, ਉਹ ਕਹਿੰਦੇ ਵੀ ਇੱਕ ਵਾਰੀ 47  'ਚ ਸਾਰੇ ਸਿੰਘ ਇਕੱਠੇ ਹੋਏ ਮਲੇਰ ਕੋਟਲੇ ਨੂੰ ਲੁੱਟਣ ਵਾਸਤੇ, ਤੁਰ ਪਏ ਹਥਿਆਰ ਲੈ ਕੇ, ਡਾਂਗਾਂ ਸੋਟੇ ਬਰਛੇ ਗੰਡਾਸੀਆਂ ਬੰਦੂਕਾਂ ਲੈ ਕੇ। ਜਦੋਂ ਮਲੇਰ ਕੋਟਲੇ ਦੀ ਹੱਦ 'ਚ ਵੜੇ ਤਾਂ ਮਨ ਬਦਲ ਗਏ ਸਾਰਿਆਂ ਨੇ, ਕਹਿੰਦੇ ਨਹੀਂ ਇੱਥੇ ਨਹੀਂ ਕਿਸੇ ਨੂੰ ਮਾਰਨਾ। ਕਹਿੰਦੇ ਦੇਖੋ ਇਹ ਖੇਡ ਹੀ ਹੈ ਗੁਰੂ ਸਾਹਿਬ ਦੀ। ਮਲੇਰ ਕੋਟਲੇ ਜਦੋਂ ਵੀ ਸਿੰਘ ਚੜ੍ਹਦੇ ਸਨ, ਬਾਬਾ ਬੰਦਾ ਬਹਾਦਰ ਜਾਣ ਲੱਗਾ, ਮਨ ਬਦਲ ਗਿਆ। ਜੇ ਬਾਅਦ ਵਿੱਚ ਸਿੰਘ ਦਲਾਂ ਦੇ ਸਿੰਘ ਆਉਂਦੇ ਸਨ ਬੁੱਢਾ ਦਲ ਤਰਨਾ ਦਲ, ਮਲੇਰ ਕੋਟਲੇ ਵੱਲ ਜਾਂਦੇ ਫਿਰ ਰਹਿਮ ਆ ਜਾਂਦਾ, ਕਹਿੰਦੇ ਨਹੀਂ ਇਹਨਾਂ ਨੂੰ ਨਹੀਂ ਮਾਰਨਾ, ਗੁਰੂ ਦਾ ਬਚਨ ਚੇਤੇ ਆ ਜਾਂਦਾ ਸੀ। ਹਾਂਜੀ, ਸੋ ਬਾਤ ਗੁਹਾ ਬਣ ਆਈ, ਉੱਥੇ ਉਹ ਗੱਲ ਸਿੰਘਾਂ ਨੂੰ ਯਾਦ ਆ ਗਈ ਵੀ ਸਤਿਗੁਰਾਂ ਨੇ ਕਿਹਾ ਸੀ ਮਲੇਰ ਕੋਟਲੇ ਵਾਲੇ ਦੀ ਜੜ ਹਰੀ ਰਵੇਗੀ। ਹਾਂਜੀ, ਦੋਰਾ ਜਬੈ ਪਠਾਨਨ ਇਮ ਸੁਣੀ ਉਹ ਸਿੰਘਨ ਕਰੀ ਸਲਾਹ। ਜਦੋਂ ਮਲੇਰ ਕੋਟਲੇ ਵਾਲੇ ਨੂੰ ਪਤਾ ਲੱਗਾ ਵੀ ਸਿੰਘ ਮਲੇਰ ਕੋਟਲੇ ਦੇ ਨੇੜੇ ਆਏ ਬੈਠੇ ਅਤੇ ਕਿਤੇ ਸਾਨੂੰ ਮਾਰ ਹੀ ਨਾ ਲੈਣ, ਹਮਲਾ ਹੀ ਨਾ ਕਰ ਦੇਣ, ਉਹਨਾਂ ਨੇ ਆਪਸ ਵਿੱਚ ਫਟਾਫਟ ਸਲਾਹ ਕੀਤੀ ਮਲੇਰ ਕੋਟਲੇ ਦੇ ਪਠਾਣਾਂ ਨੇ। ਲਿਆਏ ਜੈ ਨੇ ਸਰਹੰਦ ਤੇ ਰਾਤੋ ਰਾਤ ਦੁੜਾ, ਰਾਤੋ ਰਾਤ ਇਹਨਾਂ ਨੇ ਜੈਨ ਖਾਂ ਨੂੰ ਸਰਹੰਦ ਤੋਂ ਲੈ ਆਂਦਾ। ਸਿੰਘ ਤਾਂ ਉਹਨਾਂ ਦਾ ਲਿਹਾਜ਼ ਕਰੀ ਜਾਂਦੇ ਆ ਅਤੇ ਉਹ ਨਹੀਂ ਕਰ ਰਹੇ, ਉਹ ਨਹੀਂ ਟਲਦੇ ਆਪਣੀ ਆਈ। ਉਹਨਾਂ ਨੇ ਸਰਹੰਦ ਦੇ ਸੂਬੇ ਜੈਨ ਖਾਂ ਨੂੰ ਲੈ ਆਂਦਾ ਰਾਤੋ ਰਾਤ। ਚੌਪਈ ਔਸ਼ਾ ਪੈ ਗਏ ਹਲਕਾਰੇ, ਇੱਧਰ ਸਰਹੰਦ ਤੋਂ ਜੈਨ ਖਾਂ ਨੂੰ ਸੱਦਿਆ, ਉਧਰ ਲਾਹੌਰ ਅਹਿਮਦ ਸ਼ਾਹ ਅਬਦਾਲੀ ਕੋਲ ਵੀ ਰਾਤੋ ਰਾਤ ਬੰਦੇ ਭੇਜ ਦਿੱਤੇ। ਸਿੰਘ ਆਏ ਹੈ ਦਾਏ ਹਮਾਰੇ, ਅਬਦਾਲੀ ਨੂੰ ਦੱਸਿਆ ਕਿ ਸ਼ਹਿਨਸ਼ਾਹ ਸਿੰਘ ਸਾਡੇ ਦਾ ਥੱਲੇ ਆ ਗਏ ਬੁਰੀ ਤਰ੍ਹਾਂ। ਇੱਕ ਤਾਂ ਸਿੱਖਾਂ ਦੀਆਂ ਮਿਸਲਾਂ ਸਾਰੀਆਂ, ਸਾਰੇ ਹੀ ਸਰਦਾਰ ਜਿਹੜੇ ਮੋਹਰੀ ਨੇ ਉਹ ਇੱਕੋ ਵਾਰੀ ਕੜਿੱਕੀ 'ਚ ਇਕੱਠੇ ਫਸ ਗਏ ਹੈ। ਜੱਸਾ ਸਿੰਘ ਆਲੂ ਵਾਲੀਆ ਵੀ ਹੈ, ਜੱਸਾ ਸਿੰਘ ਰਾਮਗੜੀਆ ਵੀ ਹੈ, ਕਨ੍ਹਈਆ ਜੈ ਸਿੰਘ ਵੀ ਵਿੱਚੇ ਹੈ, ਇਸੇ ਤਰ੍ਹਾਂ ਸ਼ਾਮ ਸਿੰਘ ਨਾਰਲੀ ਵਾਲਾ ਵੀ ਨਾਲ ਹੈ, ਅਤੇ ਬਾਕੀ ਜਿਹੜੇ ਵੱਡੇ ਵੱਡੇ ਸਿੱਖਾਂ ਦੇ ਮੁਖੀ ਨੇ ਚੜ੍ਹਤ ਸਿੰਘ ਸੂਕਰ ਚੱਕੀਆ, ਸਾਰੇ ਇਕੱਠੇ ਨੇ
ਔਰ ਬੁਰੀ ਤਰ੍ਹਾਂ ਫਸ ਗਏ ਨੇ, ਨਾਲ ਉਹਦੇ ਟੱਬਰ ਵੀ ਨੇ, ਬੱਚੇ ਵੀ ਨੇ। ਔਰ ਜੇ ਆਪਾਂ ਹੁਣ ਮਾਰ ਲਈਏ ਤਾਂ ਸਿੱਖਾਂ ਦਾ ਸਦਾ ਲਈ ਭੋਗ ਪੈ ਸਕਦਾ ਹੈ। ਹਮਿਤ ਵੱਲ ਤੇ ਰਾਖੈ ਕੇਰ, ਅੰਦਰ ਖਾਤੇ ਰਾਤੋ ਰਾਤ ਇਹਨਾਂ ਨੇ ਸਲਾਹ ਪਠਾ ਮਲੇਰਕੋਟਲੇ ਵਾਲਿਆਂ ਨੇ ਬਣਾਈ ਕਿ ਅਸੀਂ ਇਹਨਾਂ ਸਿੱਖਾਂ ਨੂੰ ਅੱਗੋਂ ਦੀ ਰੋਕ ਕੇ ਰੱਖਾਂਗੇ, ਘੇਰ ਕੇ ਰੱਖਾਂਗੇ। ਇਧਰੋਂ ਜੈਨ ਖਾਂ ਸਾਡੇ ਨਾਲ ਹੈ, ਅਸੀਂ ਜਿਹੜੀ ਫੌਜ ਸਾਡੇ ਕੋਲ ਮਲੇਰਕੋਟਲੇ ਦੀ ਹੈ, ਅਸੀਂ ਸਿੱਖਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ। ਪਿੱਛੋਂ ਤੁਸੀਂ ਲੁਧਿਆਣੇ ਵਾਲੇ ਪਾਸਿਓਂ, ਲਾਹੌਰ ਵਾਲੇ ਪਾਸਿਓਂ ਦੀ ਆਓ, ਇਹਨਾਂ 'ਤੇ ਹੱਲਾ ਬੋਲੋ, ਘੇਰ ਕੇ ਮਾਰ ਦਈਏ। ਤੁਮਿਨ ਮਾਰੋ ਹੋਤ ਸਵੇਰ, ਦੇਰ ਨਾ ਕਰੋ, ਕਿਤੇ ਨਿਕਲ ਨਾ ਜਾਣੇ। ਜੇ ਤੁਸੀਂ ਇੱਕ ਦੋ ਦਿਨ ਵੀ ਲੇਟ ਕਰ ਦਿੱਤਾ ਤਾਂ ਇਹ ਸਮਝੋ ਸਾਡੀ ਮਾਰ 'ਚੋਂ ਅੱਗੇ ਮਾਲਵੇ ਦੇਸ਼ ਨੂੰ ਨਿਕਲ ਜਾਣਗੇ, ਬਰਨਾਲੇ ਵੱਲ ਨੂੰ ਜਾਂ ਬਠਿੰਡੇ ਵੱਲ ਨੂੰ, ਫਿਰ ਇਹ ਸਾਡੇ ਕਾਬੂ ਨਹੀਂ ਆਉਣਗੇ। ਅਤੇ ਇਹ ਸੁਨਹਿਰੀ ਮੌਕਾ ਹੱਥੋਂ ਨਾ ਗਵਾਓ। ਹਮ ਤੋਂ ਮਿਲੇ ਨਾ ਜਾਣਾ ਦੇਹੇ, ਮਲੇਰਕੋਟਲੇ ਵਾਲਿਆਂ ਨੇ ਲਿਖਿਆ ਅਹਿਮਦ ਸ਼ਾਹ ਅਬਦਾਲੀ ਨੂੰ ਕਿ ਅਸੀਂ ਤੇ ਤੁਸੀਂ ਰਲ ਕੇ ਸਿੱਖਾਂ ਨੂੰ ਜਾਣ ਨਹੀਂ ਦਿੰਦੇ। ਇਹ ਕਾਗਜ਼ ਹਮ ਬਰਸੇ ਮੇਹੇ, ਇਹ ਕਾਗਜ਼ ਸਮਝੋ ਤੁਸੀਂ ਸਾਡੇ ਵਾਸਤੇ, ਅਸੀਂ ਤੁਹਾਨੂੰ ਲਿਖ ਕੇ ਭੇਜ ਰਹੇ ਹਾਂ। ਇਹ ਬਹੁਤ ਵੱਡਾ ਸਮਾਂ ਹੈ, ਸੁਨਹਿਰੀ ਮੌਕਾ ਹੈ, ਇਹ ਸਮਝੋ ਸਾਡੇ ਲਈ ਖੁਸ਼ੀ ਦੀ ਬਰਸਾਤ ਹੋ ਰਹੀ ਹੈ, ਸਿੱਖਾਂ ਦੇ ਲਈ ਅਫਾਤ ਹੈ, ਜੇ ਤੁਸੀਂ ਛੇਤੀ ਆ ਜਾਓ ਤਾਂ। ਇਹ ਸੁਣ ਸਾਹੇ ਲਾਹੌਰੋਂ ਚੜਿਓ, ਇਹ ਸੁਣ ਕੇ ਅਬਦਾਲੀ ਵੀ ਬੜੀ ਛੇਤੀ ਨਾਲ ਰਾਤੋ ਰਾਤ ਤਿਆਰੀਆਂ ਕਰਕੇ ਤੁਰ ਪਿਆ। ਡੇਰਾ ਆਣ ਜੰਡਿਆਲੇ ਕਰਿਓ, ਦੇਖੋ ਲਾਹੌਰ ਦਾ ਤੁਰਿਆ, ਜੰਡਿਆਲੇ ਆ ਕੇ ਰਾਤ ਕੱਟੀ, ਇੰਨਾ ਤੇਜ਼ੀ ਨਾਲ ਤੁਰਿਆ ਉੱਥੋਂ ਲਾਹੌਰ ਤੋਂ ਅੰਮ੍ਰਿਤਸਰ ਵੀ ਟੱਪ ਆਇਆ। ਦੂਜੋ ਕਰਾ ਤਲਵਣ ਕਹਿ ਪਾਹੇ, ਦੂਜਾ ਡੇਰਾ ਉਹਨੇ ਤਲਵਣ ਕੋਲ ਕੀਤਾ। ਸਿੰਘਾਂ ਕੋ ਕੁਛ ਖਬਰ ਨਾ ਆਏ, ਦੋ ਦਿਨਾਂ ਵਿੱਚ ਲਾਹੌਰੋਂ ਤਲਵਣ ਆ ਗਿਆ ਤੇ ਸਿੰਘਾਂ ਨੂੰ ਅਜੇ ਕੋਈ ਪਤਾ ਨਹੀਂ ਲੱਗਾ। ਸਿੰਘਾਂ ਡੇਰਾ ਕੁਛ ਕਰਾਇਆ, ਜਦੋਂ ਸਿੰਘ ਆਪਣੀ ਮੌਜ ਨਾਲ ਉੱਠ ਕੇ ਰਾਏ ਕੋਟ ਦੇ ਕੋਲੋਂ ਤੁਰੇ, ਰਾਏਪੁਰੋਂ ਗੁੱਜਰਵਾਲ ਤਕਾਇਆ। ਰਾਏਪੁਰ ਗੁੱਜਰਵਾਲ ਦਾ ਜਿਹੜਾ ਇਲਾਕਾ ਹੈ, ਸਿੰਘ ਉੱਥੇ ਕਿਸਾਨ, ਗੁੱਜਰਵਾਲ, ਨਾਰੰਗਵਾਲ, ਫੱਲੇਵਾਲ, ਇਹ ਜਿਹੜੇ ਇਲਾਕੇ ਹਨ। ਦੋਹਰਾ ਸ਼ਾਹਲਕਾਰੇ ਕੱਲ ਸੱਦੇ ਜੈਨਾ ਔਰ ਪਠਾਨ, ਅਬਦਾਲੀ ਨੇ ਉਧਰੋਂ ਹਲਕਾਰੇ ਪਹਿਲਾਂ ਭੇਜ ਦਿੱਤੇ ਸਰਹੰਦ ਤੋਂ, ਜੈਨ ਖਾਂ ਨੂੰ ਕਹਿਤਾ ਵੀ ਤਗੜੇ ਹੋ ਜਾਏ ਜੇ ਹੁਣ ਮੈਂ ਆ ਰਿਹਾ, ਹੁਣ ਕਿਤੇ ਇਹ ਨਾ ਹੋਵੇ ਸ਼ਿਕਾਰ ਨਿਕਲ ਨਾ ਜਾਵੇ, ਤਗੜੇ ਹੋ ਜਾਓ, ਭਾਵੇਂ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਏ, ਮੈਂ ਬਸ ਕੱਲ ਤੱਕ ਪਹੁੰਚਿਆ ਸਮਝੋ। ਸਵੇਰੇ ਹਮ ਤੂੰ ਰਲ ਪਵੈ ਮਾਰੇ ਸਿੰਘਨ ਪਛਾਣ, ਬਸ ਕੱਲ ਸਵੇਰੇ, ਦਿਨ ਨਹੀਂ ਚੜ੍ਹਨ ਦੇਣਾ। 5 ਫਰਵਰੀ 1762 ਦੀ ਗੱਲ ਹੈ, ਕਹਿੰਦਾ ਸਵੇਰੇ ਦਿਨ ਨਹੀਂ ਚੜ੍ਹਨ ਦੇਣਾ, ਆਪਾਂ ਸਿੱਖਾਂ ਨੂੰ ਘੇਰ ਲੈਣਾ, ਦਿਨ ਚੜ੍ਹਦਿਆਂ ਨੂੰ ਮਾਰ ਮੁਕਾਣੇ ਨੇ। ਚੋ ਬਈ ਸੌ ਬਾਤ ਤਿੰਨ ਪ੍ਰਾਤੇ ਕਰੀ, ਇਹਨਾਂ ਨੇ ਤਿਆਰੀ ਕਰ ਲਈ, ਜੈਨ ਖਾਂ ਨੇ ਤੇ ਮਲੇਰਕੋਟਲੇ ਦੇ ਪਠਾਣਾ ਨੇ ਤੇ ਉਧਰੋਂ ਅਹਿਮਦ ਸ਼ਾਹ ਅਬਦਾਲੀ ਨੇ। ਆਏ ਖਾਲਸੇ ਖੋਟੀ ਘੜੀ, ਇਹ ਖਾਲਸੇ ਲਈ ਬੜੀ ਖੋਟੀ ਘੜੀ ਆ ਗਈ, ਇਹ ਦੁੱਖਾਂ ਦੀ ਘੜੀ ਆ ਗਈ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਅਸੀਂ ਵੱਡਾ ਘੱਲੂਘਾਰਾ ਕਰਕੇ ਯਾਦ ਕਰਦੇ ਹਾਂ। ਹਾਂਜੀ, ਸਿੰਘ ਤੁਰੇ ਵੱਲ ਸੋਈ ਦਰਿਆਏ, ਸਿੰਘ ਦਰਿਆ ਵੱਲ ਤੁਰ ਪਏ, ਅੱਗਿਓਂ ਆਇਓ ਅਹਿਮਦ ਸ਼ਾਹ ਏ, ਅੱਗੋਂ ਅਹਿਮਦ ਸ਼ਾਹ ਅਬਦਾਲੀ, ਉਧਰ ਪਿਛਾ ਨੂੰ ਸਿੰਘ ਮੁੜਨ ਲੱਗੇ ਮਾਝੇ ਵੱਲ ਨੂੰ ਜਾਂ ਲੁਧਿਆਣੇ ਵੱਲ ਨੂੰ, ਤਾਂ ਅੱਗੋਂ ਅਬਦਾਲੀ ਆ ਪਿਆ। ਲਾਲ ਲਾਲ ਉਸ ਦਿਸੇ ਬਾਣਾ, ਉਹਨਾਂ ਨੇ ਲਾਲ ਕੱਪੜੇ ਪਾਏ ਹੋਏ ਤੇ ਬਸੰਤੀ ਪੱਗਾਂ ਬੰਨੀਆਂ ਹੋਈਆਂ,
ਤਾਂ ਕਿ ਸਿੱਖਾਂ ਨੂੰ ਇਹ ਨਾ ਪਤਾ ਲੱਗੇ ਬਈ ਇਹ ਸਰੋਂ ਦੇ ਫੁੱਲ ਖਿੜੇ ਨੇ ਜਾਂ ਫੌਜ ਦੀਆਂ ਪੱਗਾਂ ਨੇ। ਹਾਂਜੀ, ਸਿੰਘਨ ਕੇਸੂ ਫੁੱਲੇ ਜਾਣਾ, ਸਿੰਘ ਸਮਝਦੇ ਵੀ ਕੇਸੂ ਦੇ ਫੁੱਲ ਹੋਣਗੇ ਜਾਂ ਬਸ ਸਰੋਂ ਦੇ ਫੁੱਲ ਹੋਣਗੇ। ਜੇ ਹੋਤੇ ਤੋ ਸਿੰਘ ਸਿਆਣੇ, ਜੇ ਸਿੰਘ ਸਿਆਣੇ ਸਨ ਵਿੱਚੋਂ ਸਮਝਦਾਰ ਸਨ, ਗਿਲਜੇ ਆਵਤ ਉਹਨੇ ਪਛਾਣੇ, ਉਹਨਾਂ ਨੇ ਪਛਾਣ ਲਿਆ, ਕਹਿੰਦੇ ਉਹ ਕੇਸੂ ਦੇ ਫੁੱਲ ਨਹੀਂ ਦੁਸ਼ਮਣ ਆ ਗਿਆ ਜੀ, ਰੌਲਾ ਪੈ ਗਿਆ, ਹੱਲਾ ਮੱਚ ਗਿਆ, ਦੁਸ਼ਮਣ ਆ ਗਿਆ ਜੀ। ਹਾਂਜੀ, ਠਟਕ ਸਿੰਘ ਤੈ ਗਏ ਖਲੋਏ, ਸਿੰਘ ਠਟਕ ਗਏ ਅੱਗੇ ਵਧਦੇ ਜਾ ਰਹੇ ਸਨ ਪਰਾਂ ਨੂੰ ਸਤਲੁਜ ਨੂੰ ਵਾਪਸ ਮੁੜ ਪਏ, ਕਿਉਂਕਿ ਪਹਿਲਾਂ ਸਿੰਘਾਂ ਨੇ ਸੋਚਿਆ ਸੀ ਵੀ ਇੱਧਰ ਤੱਕ ਮਲੇਰਕੋਟਲੇ ਵਾਲੇ ਰਸਤਾ ਰੋਕ ਕੇ ਖੜ੍ਹੇ ਆ, ਇੱਧਰ ਜੈਨ ਖਾਂ ਖੜ੍ਹਾ ਹੈ, ਅਸੀਂ ਦੁਆਬੇ ਨੂੰ ਨਿਕਲ ਚਲੀਏ। ਪਰ ਉਹ ਦੁਆਬੇ ਨੂੰ ਕਿਵੇਂ ਨਿਕਲਦੇ, ਅੱਗੋਂ ਉਧਰ ਨੂੰ ਦੁਆਬੇ ਵੱਲੋਂ ਅਬਦਾਲੀ ਆ ਗਿਆ। ਹਾਂਜੀ, ਤੋਲੋ ਆਇਓ ਚਾਨਣ ਹੋਏ, ਇਹਨੇ ਨੂੰ ਸੂਰਜ ਚੜ੍ਹਨ ਵਾਲਾ ਚਾਨਣਾ ਹੋ ਗਿਆ, ਯਾਨੀ ਸਵੇਰ ਦਾ ਕੋਈ ਫਰਵਰੀ ਦੇ ਮਹੀਨੇ 'ਚ ਜਿਵੇਂ 5-6 ਵਜੇ ਦਿਨ ਚੜ੍ਹਦਾ 6-7 ਵਜੇ, ਉਸ ਤਰ੍ਹਾਂ ਜਦੋਂ ਚਾਨਣਾ ਜਿਹਾ ਲੋਜ ਹੀ ਲੱਗੀ ਹੈ। ਆਏ ਗਿਲਜਨ ਨੇ ਘੋੜੇ ਰਲਾਏ, ਗਿਲਜਿਆਂ ਦੇ ਘੋੜੇ ਬੜੇ ਮਾਰੂ ਜੰਗੀ ਘੋੜੇ ਸਨ, ਆ ਕੇ ਖਾਲਸੇ ਦੇ ਆਲੇ ਦੁਆਲੇ ਹੋ ਗਏ। ਸਿੰਘਾਂ ਨੇ ਥੇ ਤੋੜੇ ਲਾਏ, ਸਿੰਘਾਂ ਨੇ ਆਪਣੀਆਂ ਬੰਦੂਕਾਂ ਵੀ ਅਜੇ ਤਿਆਰ ਨਹੀਂ ਸੀ ਕੀਤੀਆਂ ਹੋਈਆਂ। ਤੀ ਤਲਵਾਰਨ ਪਈ ਲੜਾਈ, ਇਸ ਕਰਕੇ ਤਲਵਾਰਾਂ ਦੇ ਤੀਰਾਂ ਨਾਲ ਹੀ ਜੰਗ ਸ਼ੁਰੂ ਹੋ ਗਿਆ। ਪਰੇ ਅਚਾਨਕ ਉਥੇ ਆਈ, ਅਚਾਨਕ ਆ ਗਿਆ ਨਾ ਅਬਦਾਲੀ ਚੜ ਕੇ, ਖਬਰ ਕੋਈ ਨਹੀਂ ਸੀ ਲੜਾਈ ਹੋਣੀ ਆ ਅੱਜ। ਹਾਂਜੀ, ਟੋਪੀ ਸਿੰਘ ਸੋ ਖੜ ਖੜ ਲੜੈ, ਫਿਰ ਵੀ ਸਿੰਘ ਰੋਜ਼ ਦੇ ਜੰਗੀ ਤਜਰਬੇ ਕੀਤੇ ਹੋਏ, ਰੋਜ਼ ਦਾ ਹੀ ਕੰਮ ਸੀ ਉਹਨਾਂ ਦਾ, ਇਸ ਕਰਕੇ ਖੜ ਖੜ ਕੇ ਦੁਸ਼ਮਣ ਨਾਲ ਲੜਨ ਲੱਗੇ। ਤੀਨ ਮਹਾਜਬ ਕਰ ਜੁਦੈ ਅੜੈ, ਬਸ ਗੁਰੂ ਕਲਗੀਧਰ ਦਾ ਭਰੋਸਾ, ਮਹਾਰਾਜ ਦਾ ਇਤਿਹਾਸ ਉਹਨਾਂ ਦੇ ਸਾਹਮਣੇ ਸੀ, ਪੁਰਾਤਨ ਸਿੰਘਾਂ ਦੇ ਕਾਰਨਾਮੇ ਯਾਦ ਕਰ ਕਰਕੇ ਸਿੰਘ ਲੜੀ ਜਾਂਦੇ। ਦੋਹਰਾ ਲੁੱਟਣ ਖੋਸਣ ਜੋਗੈ, ਰਲ ਸੋ ਗਿਲਜਨ ਜਾ। ਸੋ ਸਾਧ ਸੰਗਤ ਜੀ, ਜਿਹੜੇ ਲੁੱਟਣ ਵਾਲੇ ਸਨ ਸਿੱਖਾਂ ਦੇ ਨਾਲ ਰਲੇ ਹੋਏ, ਸਿੱਖਾਂ ਦੀ ਫੌਜ ਦੇ ਵਿੱਚ ਕਈ ਲੁਟੇਰੇ ਵੀ ਟਾਈਮ ਪਾਸ ਕਰਦੇ ਸਨ, ਅਤੇ ਸਿੰਘਾਂ ਨੂੰ ਪਤਾ ਹੁੰਦਾ ਸੀ ਵੀ ਇਹ ਸਿਰਫ ਲੁੱਟਣ ਵਾਸਤੇ ਹੀ ਰਲੇ ਹੈ, ਪਰ ਦੁਸ਼ਮਣ ਨੂੰ ਡਰ ਹੁੰਦਾ ਫੌਜ ਜ਼ਿਆਦਾ ਦੇਖ ਕੇ, ਅਤੇ ਇਸ ਕਰਕੇ ਸਿੰਘ ਉਹਨਾਂ ਨੂੰ ਵੀ ਨਾਲ ਰੱਖਣਾ ਪੈਂਦਾ ਸੀ, ਮਜਬੂਰੀ ਹੁੰਦੀ ਸੀ। ਉਹ ਜਿਹੜੇ ਲੁਟੇਰੇ ਸਨ ਇੱਕਦਮ ਪਾਸਾ ਪਲਟ ਗਏ, ਸਿੱਖਾਂ ਵੱਲੋਂ ਨਿਕਲ ਕੇ ਅਬਦਾਲੀ ਦੀ ਫੌਜ ਜਾ ਰਲੇ, ਅਬਦਾਲੀ ਨੂੰ ਕਹਿਣ ਲੱਗੇ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਹਾਂ, ਸਿੱਖਾਂ ਨਾਲ ਲੜਾਂਗੇ ਅਸੀਂ। ਹਾਂਜੀ, ਤਿਨਕੀ ਸ਼ਾਮਤ ਆ ਪਈ ਤੇ ਉਨ ਦੇਖ ਪਾਏ, ਪਰ ਉਹ ਵੀ ਅਬਦਾਲੀ ਦੇ ਬੰਦਿਆਂ ਨੇ ਮਾਰ ਦਿੱਤੇ, ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਹਾਂਜੀ, ਚੋ ਪਈ ਲਗੋ ਖਾਲਸੋ ਕਰਨ ਲੜਾਈ, ਹੁਣ ਖਾਲਸਾ ਲੜਨ ਲੱਗਾ। ਮੋਹਰਿਓ ਦੀਨੋ ਬਹਿਰ ਮੁੜਾਈ, ਜਿਹੜੀ ਬਹੀਰ ਚੱਲੀ ਸੀ ਉਹ ਅੱਗੋਂ ਮੁੜ ਗਈ। ਸਿਰ ਮੋਹਰੀਆਂ ਕੈ ਪਰੀ ਲੜਾਈ, ਜਿਹੜੇ ਮੋਹਰੇ ਸਨ ਅੱਗੇ ਸਨ ਉਹਨਾਂ ਦੇ ਸਿਰ ਲੜਾਈ ਦਾ ਜ਼ੋਰ ਆ ਪਿਆ। ਹਾਂਜੀ, ਬਹੁਤ ਮਾਰਨ ਸਿੰਘਣ ਖਾਈ, ਉਹਨਾਂ ਅਗਲੇ ਸਿੰਘਾਂ ਨੂੰ ਬੜੀ ਮਾਰ ਖਾਣੀ ਪਈ, ਬਹੁਤ ਸਿੰਘ ਸ਼ਹੀਦ ਹੋਏ ਉੱਥੇ। ਮੁੜ ਮੁੜ ਸਿੰਘ ਇਕੱਤਰ ਪੈ, ਸਿੰਘ ਮੁੜ ਮੁੜ ਇਕੱਠੇ ਹੁੰਦੇ, ਵਾਰ ਵਾਰ ਖਿੰਡਦੇ, ਜਦੋਂ ਖਿੰਡਣ ਲੱਗਦੇ ਤੇ ਫਿਰ ਜਥੇਦਾਰ ਰੌਲਾ ਪਾਉਂਦੇ, ਇਕੱਠੇ ਹੋ ਜਾਓ, ਫਿਰ ਸਿੰਘ ਇਕੱਠੇ ਹੋ ਕੇ ਲੜਦੇ। ਗਿਲਜਾਂ ਸੋ ਸਿੰਘ ਲੜਨੇ ਟਹਿ, ਸਿੰਘਾਂ ਦੀ ਗਿਲਜਿਆਂ ਨਾਲ ਅਪਠਾਣਾ ਦੇ ਨਾਲ ਲੜਾਈ ਗਹਿ ਗਹਿ ਚ ਹੋਣ ਲੱਗੀ। ਬੰਦੂਕਾਂ ਕਮਾਨ ਨੇਜੋ ਤਲਵਾਰ, ਇਹਨਾਂ ਨੂੰ ਸਿੰਘਾਂ ਨੇ ਬੰਦੂਕਾਂ ਵੀ ਪਿਛਲੇ ਸਿੰਘਾਂ ਨੇ ਤਿਆਰ ਕਰ ਲਈਆਂ, ਜੇ ਕਿਸੇ ਕੋਲ ਕੋਈ ਸ਼ਸਤਰ ਸੀ ਉਹ ਤਿਆਰ ਕਰ ਲਿਆ, ਬੰਦੂਕਾਂ ਬਰਛੇ ਨੇਜੇ,
ਸੰਭਾਲ ਲਏ। ਲਗੀ ਦੋ ਤਰਫੀ ਹੋਵਨ ਮਾਰ, ਦੋ ਤਰਫੀ ਮਾਰ ਮਚਣ ਲੱਗੀ। ਇਧਰੋਂ ਪਠਾਨ ਮਲੇਰਕੋਟਲੇ ਵਾਲੇ ਵੀ ਹੱਲਾ ਬੋਲਣ ਲੱਗੇ ਤੇ ਉਧਰੋਂ ਅਬਦਾਲੀ ਦੇ ਹੱਲੇ ਹੋਣ ਲੱਗੇ। ਹਰੋਲ ਸਿੰਘਾਂ ਤੇ ਲੱਭਿਓ ਸੰਭਾਰ, ਜਿਹੜੇ ਹਰੋਲ ਵਾਲੇ ਸਿੰਘ ਸਨ ਭਾਵ ਘੋੜ ਸਵਾਰ, ਉਹਨਾਂ ਨੇ ਬੜੀ ਫੁਰਤੀ ਨਾਲ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ। ਸਰਦਾਰਨ ਮਿਲ ਤਬ ਕੀਓ ਵਿਚਾਰ, ਜਥੇਦਾਰ ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ, ਜਿਨ੍ਹਾਂ ਨੂੰ ਅਸੀਂ ਆਲੂ ਵਾਲੀਏ ਕਰਕੇ ਜਾਣਦੇ ਹਾਂ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਵੱਡੇ ਜਥੇਦਾਰ ਮੰਨੇ ਜਾਂਦੇ ਸਨ, ਪੰਥ ਦੇ ਸਭ ਤੋਂ ਸ਼੍ਰੋਮਣੀ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਦੂਸਰੇ ਸਨ ਚੜ੍ਹਤ ਸਿੰਘ ਸ਼ੁਕਰ ਚੱਕੀਆ, ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ, ਸਰਦਾਰ ਹਰੀ ਸਿੰਘ ਭੰਗੀ, ਭੰਗੀਆਂ ਦੀ ਮਿਸਲ ਬਹੁਤ ਵੱਡੀ ਸੀ ਪੰਥ ਵਿੱਚ। ਤੇਤੀ ਚੌਥੇ ਸਨ ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਕਨਹੀਆ, ਇਸੇ ਤਰ੍ਹਾਂ ਡੱਲੇਵਾਲੀਆ, ਤਾਰਾ ਸਿੰਘ, ਸਾਰੇ ਜਥੇਦਾਰ ਜਿਹੜੇ ਸਨ। ਕਰੋ ਬਹੀਰ ਅਬ ਮਾਲਵੇ ਵੱਲ, ਸਲਾਹ ਸਾਰਿਆਂ ਨੇ ਕੀਤੀ, ਕਹਿੰਦੇ ਆਪੋ ਆਪਣੀਆਂ ਮਿਸਲਾਂ ਨੂੰ ਕਹਿ ਦਿਓ, ਆਪਣੇ ਆਪਣੇ ਲੋਕਾਂ ਨੂੰ, ਵਹੀਰਾਂ ਨੂੰ ਕਹਿ ਦਿਓ ਵੀ ਆਪਾਂ ਹੁਣ ਦੁਆਬੇ ਵੱਲ ਨਹੀਂ ਜਾ ਸਕਦੇ, ਉੱਧਰ ਅਬਦਾਲੀ ਦੀ ਫੌਜ ਜ਼ਿਆਦਾ ਹੈ, ਅਸੀਂ ਪਿਛਾਂ ਫੇਰ ਮੁੜੀਏ, ਮਾਲਵੇ ਵੱਲ ਨੂੰ, ਬਰਨਾਲੇ ਵੱਲ ਨੂੰ ਚੱਲੀਏ। ਵਕੀਲ ਮਲੀਅਨ ਕਈ ਸਦ ਗੱਲ, ਆਪਾਂ ਜਿਹੜੇ ਬਾਬੇ ਆਲਾ ਸਿੰਘ ਜੀ ਹਨ ਪਟਿਆਲੇ ਦੇ ਰਾਜੇ, ਮਲਵਈ ਰਾਜੇ, ਉਹਨਾਂ ਨੂੰ ਅਸੀਂ ਖਬਰ ਭੇਜੀਏ ਕਿ ਉਹ ਜਿਵੇਂ ਕਿਵੇਂ ਹੋਣ ਖਾਲਸੇ ਦੇ ਪਰਿਵਾਰਾਂ ਦੀ ਸੰਭਾਲ ਕਰਨ। ਚਲੋ ਮੋਹਰੇ ਲੱਗ ਆਪਣੇ ਦੇਸ਼, ਹਾਂ ਉਹਨਾਂ ਨੂੰ ਮਲਵਈਆਂ ਨੂੰ ਸੱਦ ਲਿਆ, ਜਿਹੜੇ ਮਲਵਈਆਂ ਦੇ ਵਕੀਲ ਸਨ, ਯਾਨੀ ਸਰਦਾਰ ਆਲਾ ਸਿੰਘ ਹੋਰਾਂ ਦੇ ਵਕੀਲ ਦਲ ਖਾਲਸੇ ਕੋਲ ਰਹਿੰਦੇ ਸਨ, ਉਹਨਾਂ ਨੂੰ ਬਾਬਾ ਜੱਸਾ ਸਿੰਘ ਕਹਿੰਦੇ ਵੀ ਤੁਸੀਂ ਅੱਗੇ ਲੱਗੋ, ਰਾਹ ਦੱਸੋ ਅਤੇ ਜਿਵੇਂ ਕਿਵੇਂ ਹੋਵੇ ਸਾਡੇ ਪਰਿਵਾਰਾਂ ਦੀ ਹਿਫਾਜ਼ਤ ਕਰਾਓ। ਵਹੀਰ ਚਲੋ ਲੈ ਮੋਰੇ ਬੇਸ, ਤੁਸੀਂ ਵਹੀਰ ਨੂੰ ਲੈ ਕੇ ਚੱਲੋ, ਜਿੰਨਾ ਛੇਤੀ ਹੋਵੇ ਦੁਸ਼ਮਣ ਦੇ ਘੇਰੇ ਚੋਂ ਬੱਚਿਆਂ ਨੂੰ ਤਾਂ ਬਾਹਰ ਕੱਢੀਏ। ਵਕੀਲ ਭਾਈ ਕਾ ਦਰਾਸੋ ਵਾਲਾ, ਸੋ ਭਾਈ ਕੇ ਦਰਾਜ ਵਾਲਾ ਵਕੀਲ ਸੀ ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ, ਨਾਮ ਸਿੰਘ ਸੰਗੂ ਸਿੰਘ ਗੁਰੂ ਪਿਆਰਾ, ਨਾਮ ਸੀ ਭਾਈ ਸੰਗੋ ਸਿੰਘ, ਗੁਰੂ ਦਾ ਬੜਾ ਪ੍ਰੇਮੀ ਸੀ ਕਿਉਂਕਿ ਉਹਨਾਂ ਦੇ ਵੱਡੇ ਭਾਈ ਭਗਤੂ ਜੀ, ਭਾਈ ਬਹਿਲੋ ਜੀ ਆਦਿ ਮਲਵਈ ਸਿੱਖ ਹੋਏ ਸਾਰੇ, ਜਿਨ੍ਹਾਂ ਨੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਤੋਂ ਹੀ ਬਹੁਤ ਸੇਵਾ ਕੀਤੀ। ਭਾਈ ਭਗਤੂ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨਾਲ ਮਾਈ ਭਿੱਖਾਂ ਦੇ ਘਰ ਪੈਦਾ ਹੋਏ ਸਨ, ਜਿਹਨੇ ਆਖਿਆ ਸੀ ਸੋਨੇ ਦੀ ਮਧਾਣੀ ਹੋਵੇ ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ, ਅਤੇ ਸਤਿਗੁਰੂ ਰਾਮਦਾਸ ਜੀ ਨੇ ਆਖਿਆ ਇਵੇਂ ਹੀ ਹੋਵੇਗਾ। ਸੋ ਭਗਤੂ ਦੇ ਪਰਿਵਾਰ ਵਿੱਚੋਂ ਭਾਈ ਬਹਿਲੋ ਸਾਹਿਬ ਜੀ ਫਫੜੇ ਭਾਈ ਕੇ ਵਾਲੇ, ਹੋਰ ਜਿਹੜੇ ਮਲਵਈ ਸਿੱਖ ਸਨ ਉਹਨਾਂ ਦੇ ਮੁਖੀ ਜਿਹੜੇ ਸਿੰਘ ਸਨ ਉਹ ਪੰਥ ਦੀ ਮਦਦ ਲਈ ਆ ਗਏ। ਦੂਜੋ ਆਲਾ ਸਿੰਘ ਕੋਤਵਾਲ, ਦੂਜਾ ਸੀ ਆਲਾ ਸਿੰਘ ਦਾ ਪਟਿਆਲੇ ਵਾਲੇ ਦਾ ਕੋਤਵਾਲ, ਨਾਮ ਸੇਖੂ ਸਿੰਘ ਹੰਬਲਵਾਲ, ਉਹਦਾ ਨਾਂ ਸੀ ਸੇਖੂ ਸਿੰਘ ਹੰਬਲਵਾਲ, ਸੇਖੂ ਸਿੰਘ ਨਾਮ ਸੀ ਹੰਬਲਵਾਲ, ਪਿੰਡ ਉਹ ਹੰਬਲਵਾਲੀਆ। ਸੇਖੂ ਸਿੰਘ ਜਿਹੜਾ ਆਲਾ ਸਿੰਘ ਦਾ ਕੋਤਵਾਲ ਸੀ, ਉਹ ਵੀ ਉਦੋਂ ਖਾਲਸੇ ਪੰਥ ਦੇ ਨਾਲ ਤੁਰਿਆ ਜਾ ਰਿਹਾ ਸੀ। ਬੁੱਢੇ ਸਿੰਘ ਭਾਈ ਕੋਤੀਓ, ਔਰ ਭਾਈ ਕੇ ਪਰਿਵਾਰ ਵਿੱਚੋਂ ਬੁੱਢਾ ਸਿੰਘ, ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ, ਗਿਨ ਖਾਲਸੇ ਸੋ ਮੋਰੇ ਕੀਓ, ਇਹਨਾਂ ਨੂੰ ਸਿੰਘਾਂ ਨੇ ਬਾਬਾ ਜੱਸਾ ਸਿੰਘ ਜੀ ਨੇ ਆਖਿਆ ਵੀ ਤੁਸੀਂ ਮੂਹਰੇ ਲੱਗੋ। ਸੇਖੂ ਸਿੰਘ, ਬੁੱਢਾ ਸਿੰਘ ਅਤੇ ਇਸੇ ਤਰ੍ਹਾਂ ਸੰਗੋ ਸਿੰਘ, ਇਹ ਸਾਰੇ ਮਲਵਈ ਸਿੱਖ ਜਿਹੜੇ ਸਨ ਉਹ ਸਿੰਘਾਂ ਦੇ ਪਰਿਵਾਰਾਂ ਨੂੰ ਲੈ ਕੇ ਅੱਗੇ ਤੁਰ ਪਏ। ਦੋਹਰਾ
ਤੇ ਨੇਜਨ ਕੱਪੜੇ ਬੰਦੇ ਬੈਰਕ ਜਿਮ ਕਰ ਲੀਨ। ਉਹਨਾਂ ਨੇ ਫਿਰ ਕੀ ਕੀਤਾ ਮਲਵਈਆਂ ਨੇ, ਉਹਨਾਂ ਨੇ ਬਰਛਿਆਂ ਦੇ ਨਾਲ ਨੇਜਿਆਂ ਦੇ ਨਾਲ ਕੱਪੜੇ ਬੰਨ ਲਏ। ਕੱਪੜੇ ਬੰਨ ਕੇ ਅਤੇ ਉਹਨਾਂ ਕੱਪੜਿਆਂ ਨੂੰ ਨਿਸ਼ਾਨਾਂ ਦੀ ਤਰ੍ਹਾਂ ਝੰਡਿਆਂ ਦੀ ਤਰ੍ਹਾਂ ਚੁੱਕ ਲਿਆ ਨੇਜਿਆਂ ਨੂੰ, ਅਤੇ ਵਹੀਰ ਨੂੰ ਕਹਿ ਦਿੱਤਾ ਵੀ ਜਿੱਧਰ ਅਸੀਂ ਜਾਵਾਂਗੇ ਝੰਡਾ ਲੈ ਕੇ ਇਹਦੇ ਪਿੱਛੇ ਪਿੱਛੇ ਦੌੜੀ ਆਓ। ਉਹਦਾ ਮਲਵਈਆਂ ਨੇ, ਕਿਉਂਕਿ ਹੁਣ ਆਮ ਹਰ ਇੱਕ ਬੰਦੇ ਨੂੰ ਤਾਂ ਕਹਿਣਾ ਨਹੀਂ ਨਾ ਵੀ ਆਓ ਪਿੱਛੇ, ਲੱਖਾਂ ਹਜ਼ਾਰਾਂ ਸਿੰਘ ਸਨ, ਬੱਚੇ ਸਨ, ਬੀਬੀਆਂ ਸਨ, ਇੱਕ ਝੰਡਾ ਬਣਾ ਲਏ। ਝੰਡੇ ਬਣਾ ਕੇ ਵੀ ਇਹ ਜਿਹੜਾ ਝੰਡਾ ਹੈ ਵਹੀਰ ਦੇ ਵਾਸਤੇ ਹੈ, ਨਿਸ਼ਾਨ ਹੈ ਜਿਹੜਾ ਇਹਦੇ ਪਿੱਛੇ ਪਿੱਛੇ। ਮਲਵਈਆਂ ਨੇ ਝੰਡੇ ਜਿਹੜੇ ਸਨ ਅੱਗੇ ਅੱਗੇ ਕੱਢ ਲਏ ਅਤੇ ਉਹਨਾਂ ਦੇ ਪਿੱਛੇ ਬੱਚੇ ਬੀਬੀਆਂ ਬੁੱਢੇ ਵਿਚਾਰੇ ਮੁਸੀਬਤ ਦੇ ਮਾਰੇ ਦੌੜਨ ਲੱਗੇ। ਵਹੀਰ ਮਗਰ ਤਿੰਨ ਹੋਏ ਤੁਰਿਓ ਮਾਲਵੇ ਵੱਲ ਜ਼ਮੀਨ, ਮਾਲਵੇ ਦੀ ਧਰਤੀ ਵੱਲ ਖਾਲਸੇ ਦੀਆਂ ਵਹੀਰਾਂ ਤੁਰ ਪਈਆਂ, ਬੱਚੇ ਬੀਬੀਆਂ ਬੁੱਢੇ। ਅਤੇ ਉਹ ਮਲਵਈ ਬੁੱਢਾ ਸਿੰਘ, ਸੰਗੂ ਸਿੰਘ, ਸੇਖੂ ਸਿੰਘ ਜਿਹੜੇ ਸਨ ਵਕੀਲ, ਉਹ ਅੱਗੇ ਅੱਗੇ ਤੁਰ ਪਏ। ਚੌ ਪਈ ਕਹਿ ਮਲਵਾਈ ਹਮ ਮਗਰੇ ਆਇਓ, ਮਲਵਾਈ ਕਹਿੰਦੇ ਤੁਸੀਂ ਸਾਡੇ ਮਗਰ ਆਇਆ ਜੀ। ਹਾਂਜੀ, ਉੱਚੇ ਕਹਿ ਕਹਿ ਬੋਲ ਸੁਣਾਇਓ, ਮਲਵਈਆਂ ਨੇ ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਸਾਰਿਆਂ ਨੂੰ ਵੀ ਸਾਡੇ ਮਗਰ ਚੱਲਣਾ ਹੈ ਤੁਸੀਂ। ਵਹੀਰ ਮਲਵਲੀਆਂ ਮਗਰ ਲੱਗ ਤੁਰਾ, ਸਾਧ ਸੰਗਤ ਜੀ ਜਿਹੜੀ ਵਹੀਰ ਸੀਗੀ ਉਹ ਮਲਵਈ ਸਿੱਖਾਂ ਦੇ ਮਗਰ, ਸੇਖੂ ਸਿੰਘ ਵਕੀਲ ਦੇ ਮਗਰ ਤੁਰ ਪਈ। ਗਿਲ ਜਿਹਾ ਰੋਲ ਸਿੰਘਣ ਕੀਓ ਖਰਾ, ਸਿੰਘਾਂ ਨੇ ਜਿਹੜਾ ਅਬਦਾਲੀ ਦੀ ਫੌਜ ਦਾ ਮੁਕਾਬਲਾ ਸ਼ੁਰੂ ਕਰਤਾ। ਜਿਹੜੇ ਲੜਾਕੀ ਫੌਜ ਸੀ ਸਿੰਘਾਂ ਦੀ, ਉਹ ਫੌਜ ਪਿੱਛੇ ਰਹਿ ਗਈ ਵੀ ਅਸੀਂ ਅਬਦਾਲੀ ਨੂੰ ਰੋਕਾਂਗੇ। ਅਤੇ ਵਕੀਲਾਂ ਨੂੰ ਕਹਿਤਾ ਮਲਵਈਆਂ ਨੂੰ ਵੀ ਤੁਸੀਂ ਉਨੇ ਚਿਰ ਨੂੰ ਜਿੰਨਾ ਹੋ ਸਕਦਾ ਟੱਬਰਾਂ ਨੂੰ ਬਾਲ ਬੱਚਿਆਂ ਨੂੰ ਲੈ ਕੇ ਦੌੜੋ। ਹਾਂਜੀ, ਦੋਹਰਾ ਬਹੀਰ ਕੋਸ ਦੋਏ ਤਿੰਨ ਗਯੋ ਤੋਂ ਆਗੇ ਪ੍ਰੇਰੀ ਪਿਓਰ, ਅਜੇ ਗੁਰੂ ਖਾਲਸੇ ਦਾ ਬਹੀਰ ਨਾਰੰਗਵਾਲ ਵਾਲੇ ਪਾਸਿਓਂ ਦੋ ਤਿੰਨ ਕੋਈ ਤੁਰਿਆ ਸੀਗਾ ਕਿ ਅੱਗੋਂ ਦੀ ਮਲੇਰ ਕੋਟਲੇ ਤੇ ਜੈਨ ਖਾਨ ਦੀਆਂ ਫੌਜਾਂ ਰੋਕਣ ਲਈ ਆ ਗਈਆਂ। ਜੈਨਾ ਤੇ ਮਲੇਰੀਏ ਮਾਰੇ ਉਨੇ ਬਹੁਤ ਦੌਰ, ਜੈਨ ਖਾਨ ਨੇ ਤੇ ਮਲੇਰ ਕੋਟਲੇ ਵਾਲਿਆਂ ਨੇ ਸਿੱਖਾਂ ਦੇ ਵਹੀਰ ਤੇ ਬੀਬੀਆਂ ਤੇ ਬੱਚਿਆਂ ਤੇ ਬੁੱਢਿਆਂ ਤੇ ਅੰਨੇ ਵਾਹ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਵਹੀਰ ਗਯਾ ਤੋ ਸੁਨੋ ਤੋ, ਉਸ ਵੇਲੇ ਵਹੀਰ ਦੇ ਨਾਲ ਕੋਈ ਬਹੁਤੀ ਫੌਜ ਨਹੀਂ ਸੀ ਲੜਾਕੀ ਖਾਲਸੇ ਦੀ, ਉਤੋਂ ਸਰਦਾਰ ਨਾ ਹੁਣ ਸੁਣ ਕੋ ਤੇ ਨਾ ਹੀ ਕੋਈ ਜਰਨੈਲ ਸਿੰਘ ਸੀ, ਮੁਖੀ ਸਰਦਾਰ ਵੀ ਕੋਈ ਨਹੀਂ ਸੀ। ਅੱਗੇ ਵਹੀਰ ਉਨ ਲੀਨੋ ਘੇਰ, ਉਧਰੋਂ ਮਲੇਰ ਕੋਟਲੇ ਵਾਲੇ ਪਠਾਣਾ ਨੇ, ਸਰਹੰਦ ਦੇ ਜੈਨ ਖਾਨ ਨੇ ਉਹ ਵਹੀਰ ਲੁੱਗਾ ਸਮਝ ਕੇ ਘੇਰ ਲਿਆ। ਜਿਮ ਅਯੜ ਮੈਂ ਵੜ ਗਯੋ ਸ਼ੇਰ, ਜਿਵੇਂ ਭੇਡਾਂ ਦੇ ਇੱਜੜ ਦੇ ਵਿੱਚ ਸ਼ੇਰ ਵੜ ਕੇ ਬਰਬਾਦੀ ਕਰਦਾ ਹੈ, ਤਬਾਹੀ ਮਚਾ ਦਿੰਦਾ ਹੈ, ਕਿਉਂਕਿ ਉਹਦੀ ਰਾਖੀ ਕੌਣ ਕਰੇ। ਹੁਣ ਸ਼ੇਰ ਦਾ ਮੁਕਾਬਲਾ ਵਿਚਾਰੇ ਉਹ ਗਰੀਬ ਬੀਬੀਆਂ, ਬੱਚੇ, ਬੁੱਢੇ ਉਹ ਕੀ ਕਰ ਸਕਦੇ ਸਨ। ਉਹਨਾਂ ਦਾ ਉਹਨਾਂ ਨੇ ਕਤਲੇਆਮ ਸ਼ੁਰੂ ਕਰ ਦਿੱਤਾ। ਮਲੇਰ ਕੋਟਲੇ ਵਾਲੇ ਦੀਆਂ ਫੌਜਾਂ ਨੇ ਤੇ ਸਰਹੰਦ ਵਾਲੀਆਂ ਫੌਜਾਂ ਨੇ ਸਿੱਖਾਂ ਦੇ ਬੱਚੇ ਬੁੱਢੇ ਅੰਨੇ ਵਾਹ ਕਤਲ ਕਰਨੇ ਸ਼ੁਰੂ ਕਰ ਦਿੱਤੇ। ਬਹੁਤ ਲੋਕ ਉਹਨ ਕਤਲ ਕਰੇ, ਬਹੁਤ ਸਾਰੇ ਲੋਕ ਮਲੇਰ ਕੋਟਲੇ ਵਾਲਿਆਂ ਨੇ ਤੇ ਸਰਹੰਦ ਵਾਲਿਆਂ ਨੇ ਮਾਰ ਦਿੱਤੇ ਸਿੱਖਾਂ ਦੇ। ਬੱਚੇ ਬਹੀਰੀਏ ਮੁਰਦਲ ਰਲੇ, ਜਿਹੜੇ ਵਹੀਰ ਵਾਲੇ ਸਨ ਉਹ ਪਿਛਾਂ ਨੂੰ ਫੇਰ ਭੱਜ ਪਏ। ਜਿੰਨਾ ਕੁ ਵਿਚਾਰੇ ਅੱਗੇ ਗਏ ਸੀਗੇ ਉਹਨਾਂ ਕਾ ਸਫ਼ਰ ਫੇਰ ਪਿਛਾਂ ਨੂੰ ਕਰਨਾ ਪੈ ਗਿਆ। ਤਬੇ ਖਾਲਸੇ ਕਯੋ ਵਿਚਾਰ, ਜਦੋਂ ਵੇਖਿਆ ਸਿੰਘਾਂ ਨੇ ਵੀ ਸਾਡੀ ਵਹੀਰ ਭੱਜੀ ਆਉਂਦੀ ਹੈ, ਬਹੁਤ ਮੁਸ਼ਕਲ ਬਣ ਗਈ,
ਫਿਰ ਸਿੰਘ ਇੱਧਰ ਲੜਨ ਕਿ ਵਹੀਰ ਨੂੰ ਬਚਾਉਣ ਕੀ ਕਰਨ, ਵਿਚਾਰ ਕੀਤੀ ਖਾਲਸੇ ਨੇ। ਚਲੋ ਵਹੀਰ ਸਿੰਘ ਕਹੂ ਸਰਦਾਰ। ਫਿਰ ਬਾਬਾ ਜੱਸਾ ਸਿੰਘ ਚੜ੍ਹਤ ਸਿੰਘ ਕਹਿਣ ਲੱਗੇ ਵੀ ਇੱਦਾਂ ਕਰੇ, ਕੁਝ ਸਿੰਘ ਆਪਾਂ ਵਹੀਰ ਦੇ ਨਾਲ ਤੋਰੀਏ ਜਿਹੜੇ ਵਹੀਰ ਨੂੰ ਬਚਾ ਕੇ ਲੈਣ, ਤੇ ਕੁਝ ਆਪਾਂ ਫੌਜ ਖੜ ਕੇ ਅਬਦਾਲੀ ਨਾਲ ਲੜੀਏ। ਦੋਹਰਾ ਜੱਸਾ ਸਿੰਘ ਸ਼ਾਮ ਸਿੰਘ ਇਹੋ ਤੇ ਬੰਨੇ ਵਾਲ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਆ ਸੁਲਤਾਨੁਲ ਕੌਮ, ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਇਹ ਦੋਵੇਂ ਬੰਨੇ ਵਾਲ ਭਾਵ ਇਹਨਾਂ ਨੇ ਇਕੱਠਾ ਹੀ ਅੰਮ੍ਰਿਤ ਛਕਿਆ ਸੀ ਇੱਕੋ ਬਾਟੇ 'ਚ, ਅਤੇ ਭਰਾ ਬਣੇ ਹੋਏ ਸਨ, ਅਤੇ ਪੰਥ ਦੇ ਵਿੱਚ ਇਹਨਾਂ ਦਾ ਸਤਿਕਾਰ ਵੀ ਬੜਾ ਸੀ। ਇਹ ਦੋਵੇਂ ਇੱਕ ਦੂਜੀ ਨੂੰ ਗੁਰੂ ਭਾਈ ਅਤੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦੇ ਸਨ। ਤਿਨਕੇ ਸਭ ਸਿੰਘਨ ਕਹਿਓ ਇੱਕ ਰਲੋ ਬਹੀਰੇ ਨਾਲ। ਇਹਨਾਂ ਨੂੰ ਸਾਰੇ ਖਾਲਸੇ ਨੇ ਕਿਹਾ ਵੀ ਤੁਸੀਂ ਬਹੀਰ ਦੇ ਨਾਲ ਚੱਲੋ। ਚੌਪਈ ਸਭ ਖਾਲਸੇ ਸਿਓ ਸ਼ਾਮ ਸਿੰਘ ਕਹਿਓ। ਬਾਬਾ ਸ਼ਾਮ ਸਿੰਘ ਬੋਲਿਆ ਨਾਰਲੇ ਵਾਲਾ ਜਿਹੜਾ ਬਹੁਤ ਵੱਡਾ ਜਰਨੈਲ ਸੀ ਪੰਥ ਦਾ, ਉਹ ਕਹਿਣ ਲੱਗਾ ਸਿੰਘੋ ਜੈਨ ਨਲੇਰੀ ਵੱਲ ਮੈਂ ਰਹੋ। ਮੈਂ ਜੈਨ ਖਾਨ ਅਤੇ ਮਲੇਰਕੋਟਲੇ ਨੂੰ ਸਾਂਭਾਂਗਾ, ਮੈਂ ਜੈਨ ਖਾਂ ਦੀ ਤੇ ਮਲੇਰਕੋਟਲੇ ਦੀ ਫੌਜ ਨਾਲ ਲੜਾਂਗਾ। ਤੀਨ ਤਰ ਤੁਮ ਸਭੇ ਨਿਭਿਓ। ਉਹ ਦੋ ਪਾਸੇ ਉਹ ਪਾਸੇ ਦਾ ਫਿਕਰ ਛੱਡ ਦਿਓ ਤੁਸੀਂ, ਮੈਂ ਜੈਨ ਖਾਂ ਅਤੇ ਮਲੇਰਕੋਟਲੇ ਵਾਲੇ ਦੋਵਾਂ ਨੂੰ ਅੱਗੇ ਲਾਵਾਂਗਾ ਉੱਧਰ, ਪਰ ਪਿਛਲੇ 'ਚ ਤਿੰਨ ਪਾਸੇ ਜਿਹੜੇ ਨੇ ਜਿਹੜੀ ਤਿੰਨ ਬਾਹੀਆਂ ਆਪਣੇ ਵਹੀਰ ਦੀਆਂ ਨੇ ਉਹ ਤੁਸੀਂ ਬਚਾਇਆ ਜੇ। ਦੀਨ ਮਜ਼ਬ ਕੋ ਜੁੱਧ ਸੰਭਿਓ। ਇਹ ਦੀਨ ਮਜ਼ਬ ਦਾ ਜੁੱਧ ਸ਼ੁਰੂ ਹੋ ਗਿਆ ਖਾਲਸਾ ਜੀ, ਇਹ ਬੜੇ ਨਿਰਾਲੀ ਲੜਾਈ ਹੋਈ ਅੱਜ ਸਾਡੀ। ਹਾਂਜੀ ਸੋ ਖਾਲਸੇ ਨੇ ਮੰਨ ਲਿਓ। ਬਾਬਾ ਸ਼ਾਮ ਸਿੰਘ ਜੀ ਦੀ ਗੱਲ ਸਾਰੇ ਪੰਥ ਨੇ ਮੰਨ ਲਈ। ਤੁਰ ਤੂੰ ਨੇ ਵੱਲ ਸ਼ਾਮ ਸਿੰਘ ਗਇਓ। ਬਾਬਾ ਸ਼ਾਮ ਸਿੰਘ ਨਾਰਲੇ ਵਾਲਾ ਆਪਣੇ ਨਾਲ ਬੜੇ ਲੜਾਕੀ ਸਿੰਘਾਂ ਦੀ ਫੌਜ ਲੈ ਕੇ ਵਹੀਰ ਦੇ ਅਗਲੇ ਪਾਸੇ ਮਲੇਰਕੋਟਲੇ ਵਾਲਿਆਂ ਨਾਲ ਤੇ ਸਰਹੰਦ ਵਾਲਿਆਂ ਨਾਲ ਲੜਨ ਲਈ ਚਲਾ ਗਿਆ। ਰਹੀ ਮਿਸਲ ਨੌ ਸਾਏ ਸੋ ਵੱਲ। ਨੌ ਮਿਸਲਾਂ ਜਿਹੜੀਆਂ ਸਨ ਉਹ ਅਬਦਾਲੀ ਨਾਲ ਪਿੱਛੇ ਲੜਨ ਦੀ ਰਹਿ ਗਈਆਂ, ਇੱਕ ਮਿਸਲ ਸ਼ਾਮ ਸਿੰਘ ਨਾਰਲੇ ਵਾਲੇ ਦੀ ਜਿਹੜੀ ਸੀ, ਬਾਅਦ ਵਿੱਚ ਕਰੋੜਾ ਸਿੰਘ ਮਿਸਲ ਇਹਨੂੰ ਕਹਿੰਦੇ ਆ। ਇਸੇ ਮਿਸਲ ਵਿੱਚ ਬਘੇਲ ਸਿੰਘ ਹੋਇਆ ਜਿਹਨੇ ਦਿੱਲੀ ਫਤਿਹ ਕੀਤੀ ਹੈ, ਉਹ ਸ਼ਾਮ ਸਿੰਘ ਦਾ ਹੀ ਸਮਝੋ ਪੋਤਾ ਚੇਲਾ ਸੀਗਾ। ਸੋ ਇਹ ਮਿਸਲ ਜਿਹੜੀ ਸੀ ਬਾਬੇ ਸ਼ਾਮ ਸਿੰਘ ਨਾਰਲੇ ਵਾਲੇ ਦੀ, ਇਹ ਅਬਦਾਲੀ ਨੂੰ ਛੱਡ ਕੇ ਮਲੇਰਕੋਟਲੇ ਵਾਲਿਆਂ ਨਾਲ ਲੜਨ ਲੱਗੀ ਅੱਗੇ ਜਾ ਕੇ। ਤੁਰਿਓ ਸ਼ਾਮ ਸਿੰਘ ਯੂੰ ਕਹਿ ਗੱਲ। ਸ਼ਾਮ ਸਿੰਘ ਬਾਕੀ ਸਿੰਘਾਂ ਨੂੰ ਕਹਿ ਗਿਆ ਵੀ ਤੁਸੀਂ ਅਬਦਾਲੀ ਨੂੰ ਰੋਕ ਕੇ ਰੱਖੋ ਅਤੇ ਮੈਂ ਵਹੀਰ ਨੂੰ ਲੈ ਕੇ ਮਲੇਰਕੋਟਲੇ ਦੇ ਪਾਸੋਂ ਦੀ ਲੰਘਾਂਗਾ। ਆਪੋ ਆਪਣੇ ਤੋਸੇ ਬਜਾਇਓ। ਆਪਣੇ ਆਪਣੇ ਨਗਾਰੇ ਖਾਲਸੇ ਨੇ ਵਜਾ ਦਿੱਤੇ। ਨਿਸ਼ਾਨ ਪੈਰ ਕੀ ਸਾਥ ਰਖਾਇਓ। ਔਰ ਨਿਸ਼ਾਨ ਸਾਹਿਬ ਜਿਹੜੇ ਜੰਗੀ ਨਿਸ਼ਾਨ ਹਨ ਫਰਲਿਆਂ ਵਾਲੇ ਖੋਲ ਦਿੱਤੇ। ਪੈਰ ਜ਼ੋਰ ਫੌਜਨ ਕੋ ਜਹਾਂ। ਜਿੱਥੇ ਦੁਸ਼ਮਣ ਦੀ ਫੌਜ ਦਾ ਜ਼ੋਰ ਪੈ ਰਿਹਾ ਸੀ। ਰਲ ਮਿਲ ਮਿਸਲ ਪਰਿਓ ਸਭ ਤਾਹਾਂ। ਸਾਰੀਆਂ ਮਿਸਲਾਂ ਨੇ ਵੈਰੀ ਦੇ ਉੱਤੇ ਹੱਲਾ ਬੋਲ ਦਿੱਤਾ, ਫਿਰ ਗਹਿ ਗਹਿ ਚ ਲੜਾਈ ਸ਼ੁਰੂ ਹੋ ਗਈ। ਦੋਹਰਾ ਯੂੰ ਕਹਿ ਕੇ ਸੋ ਜਾ ਲਰਿਓ ਮਲੇਰੀਅਨ ਜੈਨੇ ਸਾਥ। ਏਦਾਂ ਕਹਿ ਕੇ ਬਾਬਾ ਸ਼ਾਮ ਸਿੰਘ ਮਲੇਰਕੋਟਲੇ ਵਾਲਿਆਂ ਨਾਲ ਤੇ ਸਰਹੰਦ ਦੇ ਸੂਬੇ ਜੈਨ ਖਾਨਾ ਲੜਨ ਲੱਗਾ। ਬਹੀ ਤੁਰਾਇਓ ਫੇਰਿਓ ਨ ਗਿਲਜਾਂ ਦਿਖਾ ਕੇ ਹੱਥ। ਫਿਰ ਉਹਨੇ ਗਿਲਜਿਆਂ ਨੂੰ ਹੱਥ ਦਿਖਾਏ ਚੰਗੇ ਡਾਢੇ, ਤੇ ਵਹੀਰ ਨੂੰ ਕਿਹਾ ਵੀ ਤਗੜੇ ਹੋ ਕੇ ਤੁਰੋ, ਆਪਾਂ ਮਾਲ ਵਿੱਚ ਜਾਣਾ ਹੀ ਜਾਣਾ ਹੈ। ਬੰਦੂਕ ਮਾਮਨ ਬਰਛੀ ਫੜ ਤੇ ਸੰਭਾਰ ਚਲਾ। ਬਾਬਾ ਸ਼ਾਮ ਸਿੰਘ ਬਹੁਤ ਲੜਾਕਾ ਸੀਗਾ,
ਉਹਦੇ ਨਾਲ ਦੇ ਜਿਹੜੇ ਜੁਝਾਰੂ ਸਿੰਘ ਸਨ ਬੰਦੂਕਾਂ ਤੀਰਾਂ ਬਰਛੀਆਂ ਨਾਲ ਵੈਰੀ ਦਾ ਮੁਕਾਬਲਾ ਕਰਨ ਲੱਗੇ। ਮਾਰੇ ਸਿੰਘ ਬੜ ਸੂਰਮੇ ਘੋੜੇ ਵਿੱਚ ਰਲਾਏ, ਸਿੰਘਾਂ ਸੂਰਮਿਆਂ ਨੇ ਜਾ ਕੇ ਮਲੇਰਕੋਟਲੇ ਵਾਲੀ ਫੌਜ ਦੇ ਵਿੱਚ ਘੋੜੇ ਰਲਾ ਦਿੱਤੇ ਤੇ ਮਲੇਰਕੋਟਲੇ ਵਾਲਿਆਂ ਨੂੰ ਚੰਗੀ ਤਰ੍ਹਾਂ ਸਿੰਘਾਂ ਨੇ ਸ਼ਾਮ ਸਿੰਘ ਨੇ ਹੱਥ ਲਾਏ। ਕਿਸ ਤਰ੍ਹਾਂ ਮਲੇਰਕੋਟਲੇ ਦਾ ਇਲਾਕਾ ਫਤਿਹ ਕਰਕੇ ਸਿੰਘ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਿੱਛੋਂ ਕਿਵੇਂ ਅਬਦਾਲੀ ਹੱਲੇ ਕਰ ਰਿਹਾ ਸੀ, ਕਿਵੇਂ ਉਹ ਦਿਨ ਬੀਤਿਆ 5 ਫਰਵਰੀ 1762 ਦਾ ਉਹ ਸਾਧ ਸੰਗਤ ਜੀ ਵੱਡੇ ਘੱਲੂ ਘਾਰੇ ਦਾ ਟਾਈਮ ਹੁਣ ਉਹ ਚੱਲ ਰਿਹਾ। ਇਸੇ ਹਫ਼ਤੇ ਵਿੱਚ ਉਹ ਯਾਦ ਮਨਾਈ ਜਾਂਦੀ। ਉਹਨਾਂ ਪਿੰਡਾਂ ਵਿੱਚ, ਸਾਰਿਆਂ ਪਿੰਡਾਂ ਵਿੱਚ, ਕੁਤਬਾ ਪਿੰਡ, ਬਾਹਮਣੀਆਂ ਪਿੰਡ, ਕੋਪਰ ਹੀੜਾ ਅਤੇ ਗਹਿਲਾਂ ਪਿੰਡ, ਜਿੱਥੇ ਜੰਗ ਜਾ ਕੇ ਖਤਮ ਹੋਇਆ, 30 ਕਿਲੋਮੀਟਰ ਦਾ ਉਹ ਸਫ਼ਰ 40 ਦਾ ਬਣਦਾ ਹੈ ਜਿੱਥੇ ਸਿੰਘ ਸ਼ਹੀਦ ਹੋਏ ਹੈ। ਸੋ ਉਹ ਸਾਰੇ ਪਿੰਡਾਂ 'ਚ ਅਖੰਡ ਪਾਠ ਚੱਲਦੇ ਵੱਡੂ ਅੱਲੇ ਘੱਲੂ ਘਾਰੇ ਦੀ ਯਾਦ ਵਿੱਚ, ਅਤੇ ਨਗਰ ਕੀਰਤਨ ਹੁੰਦੇ ਆ ਅੱਜ ਕੱਲ੍ਹ ਪਿੰਡਾਂ ਵਿੱਚ, ਸੰਗਤਾਂ ਯਾਦ ਮਨਾਉਂਦੀਆਂ ਨੇ ਉਹ ਇਲਾਕੇ ਵਿੱਚ ਸਾਧ ਸੰਗਤ ਜੀ। ਆਪਾਂ ਇੱਥੇ ਇਤਿਹਾਸ ਸੁਣ ਰਹੇ ਹਾਂ, ਉਹੀ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਆਪਣੀ ਸੁਰਤੀਆਂ 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 ਦੇ ਚਰਨਾਂ 'ਚ